ਸਤਨਾਮ ਵਾਹਿਗੁਰੂ ਸਾਹਿਬ ਜੀ ਕਬ ਦਬ ਜਬ ਜਾਰੀ ਐ ਬਿਛਰਤ ਪ੍ਰੇਮ ਵਿਹਾਲ ਮੂਸਨ ਤਬਹੀ ਮੁਸੀਐ ਬਿਸਰਤ ਪੁਰਖ ਦਇਆਲ ਕਬ ਦਬ ਜਬ ਜਾਰੀ ਐ ਬਿਛਰਤ ਪ੍ਰੇਮ ਵਿਹਾਲ ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਿਆਲ ਜਾਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨਕ ਤੂ ਜਾਹੇ ਲਖ ਘਾਟੀ ਉਚੋਕਨੋ ਚੰਚਲ ਚੀਤ ਵਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਲਖ ਘਾਟੀ ਉਚੋਕਨੋ ਚੰਚਲ ਚੀਤ ਵਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰ ਯੋਗ ਜੁਗ ਜੁਗ ਅਟਲ ਗੁਰਗੱਦੀ ਤੇ ਸਵਾਹਿਮਾਨ ਸਰਬ ਸੰਜੀਵਾਲਤਾ ਦੇ ਰੇਬਰ ਤੰ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਸ਼ਿਸ਼ੋਬਤ ਹੋਈ ਬੈਠੀ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਆਪ ਵਡਭਾਗੇ ਹੋ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਗੁਰਮੁਖ ਤੇਯਾਰੀ ਭਾਈ ਸਪਾਈ ਗਜਿੰਦਰ ਸਿੰਘ ਜੀ ਹੋਰਾਂ ਪਾਸੋਂ ਆਪ ਬੜੇ ਹੀ ਪਿਆਰ ਅਦਬ ਸਹਿਤ ਸਰਵਣ ਕਰ ਰਹੀ ਸੀ ਅਮਰਤ ਮਈ ਬਾਣੀ ਦੇ ਕੀਰਤਨ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਚੋ ਬੋਲੇ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾ ਨੂੰ ਗੁਰ ਚਰਨਾਂ ਦੇ ਵਿੱਚ ਇਕਾਗਰਤ ਕਰੋ ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ ਬੜੀ ਹੀ ਪਿਆਰ ਅਦਬ ਸਹਿਤ ਰਸਨੀ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੰਚਮ ਗੁਰਦੇਵ ਜੀ ਦੇ ਪਾਵਨ ਮੋਹਰਦਨ ਤੋਂ ਉਚਾਰਨ ਅੱਜ ਦੇ ਅੰਮ੍ਰਿਤਮਈ ਵਚਨ ਚੋ ਬੋਲੇ ਬਾਣੀ ਵਿੱਚ ਸਤਗੁਰੂ ਗੁਰਗੰਸਾਹ ਪਾਤਸ਼ਾਹ ਜੀ ਦੇ ਪਾਵਨ ਅੰਗ 1364 ਉਪਰ ਸ਼ਸ਼ੋਭਤ ਹਨ ਤੇ ਜੋ ਬੋਲੇ ਬਾਣੀ ਦੇ 6 ਪਦਿਆਂ ਦੀ ਵਿਚਾਰ ਆਪ ਪਿਛਲੇ ਦਿਨੀ ਸਰਵਣ ਕਰ ਚੁੱਕੇ ਹੋ 7ਵੇਂ ਬੰਦ ਤੋਂ ਅੱਜ ਦੀ ਇਹ ਵਿਚਾਰ ਆਰੰਭ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਮਹਾਰਾਮਤ ਕੀਤੀ ਕਿਸੇ ਮਨੁੱਖ ਦਾ ਘਰ ਸੜ ਜਾਏ ਕਿਸੇ ਮਨੁੱਖ ਦਾ ਤਨ ਕਿਸੇ ਮਨੁੱਖ ਦੇ ਪਦਾਰਥ ਸੜ ਜਾਣਾ ਤੇ ਉਹ ਬੜਾ ਬੇਹਾਲ ਹੋ ਜਾਂਦਾ ਹੈ ਤੜਫਦਾ ਹੈ ਆਪਣੇ ਘਰ ਆਪਣੀ ਧਨ ਦੌਲਤ ਆਪਣੇ ਪਦਾਰਥਾਂ ਤੋਂ ਵਿਛੜ ਕੇ ਉਹ ਬੇਹਾਲ ਹੋ ਜਾਂਦਾ ਹੈ ਤੜਫਦਾ ਹੈ ਪਰ ਕਦੀ ਮਨੁੱਖ ਨੇ ਇਹ ਨਹੀਂ ਸੋਚਿਆ ਕਿ ਪ੍ਰਭੂ ਵਿਤੇ ਮਰਤੋਂ ਵਿਛੜਿਆ ਹੋਇਆ ਹੈ ਪ੍ਰਭੂ ਦੇ ਵਿਛੋੜੇ ਵਿੱਚ ਕਦੀ ਬੇਹਾਲ ਨਹੀਂ ਹੋਇਆ ਅਸਲੀ ਵਿਛੋੜਾ ਇਹ ਨਹੀਂ ਕਿ ਘਰ ਚਲਾ ਗਿਆ ਪਦਾਰਥ ਚਲੇ ਗਏ ਆਤਮਿਕ ਤੌਰ ਤੇ ਲੁੱਟੇ ਹੋਏ ਜੀਵ ਤੂੰ ਉਦੋਂ ਲੁੱਟਿਆ ਜਦ ਤੂੰ ਰੱਬ ਭੁੱਲ ਜਾਏ ਸਤਗੁਰੂ ਜੀ ਦੇ ਬਚਨ ਕਬ ਦਬ ਜਬ ਜਾਰੀ ਐ ਵਿਚਰਤ ਪ੍ਰੇਮ ਦਿਹਾਲ ਮੂਸਨ ਤਬਹੀ ਮੁਸੀਐ ਬਿਸਰਤ ਪੁਰਖ ਦਇਆ ਕਬ ਮਨੇ ਕਰ ਦਬ ਮਨੇ ਦਵ ਭਾਵ ਤਨ ਦੌਲਤ ਪਦਾਰਥ ਜਪ جاری ਹੈ ਜਦੋਂ ਘਰ ਸੜ ਜਾਏ ਪਦਾਰਥ ਸੜ ਜਾਣ ਵਿਛਰਤ ਉਹਨਾਂ ਤੋਂ ਵਿਛੜ ਜਾਂਦਾ ਹੈ ਪ੍ਰੇਮ ਬਿਹਾਲ ਉਹਨਾਂ ਦੇ ਪ੍ਰੇਮ ਦੇ ਵਿੱਚ ਤੜਫਦਾ ਹੈ ਬੇਹਾਲ ਹੋ ਜਾਂਦਾ ਹੈ ਇੱਥੇ ਪ੍ਰੇਮ ਦਾ ਅਰਥ ਹੈ ਮੋਹ ਵਾਲਾ ਪ੍ਰੇਮ ਪਕੜ ਵਾਲਾ ਪ੍ਰੇਮ ਇਹ ਮੋਹ ਵਾਲਾ ਉਹ ਪ੍ਰੇਮ ਜਿਹੜਾ ਫੜੀ ਬੈਠਾ ਹੈ ਜਿਹਦੇ ਨਾਲ ਇਹ ਕਰਨਲ ਜੁੜਿਆ ਹੋਇਆ ਹੈ ਉਹ ਮੋਹ ਜਿਹਦੇ ਨਾਲ ਇਹ ਪਦਾਰਥਾਂ ਨਾਲ ਜੁੜਿਆ ਹੋਇਆ ਹੈ ਘਰ ਸੜ ਜਾਏ ਪਦਾਰਥ ਸੜ ਜਾਣ ਭਾਵ ਘਰ ਖੁੱਸ ਜਾਏ ਪਦਾਰਥ ਖੁੱਸ ਜਾਣ ਤੇ ਮੋਹ ਦੇ ਵਿੱਚ ਬਿਹਾਲ ਹੋ ਜਾਂਦਾ ਹੈ ਤਰਫਦਾ ਹੈ ਕਿਉਂਕਿ ਪਦਾਰਥਾਂ ਨੂੰ ਆਪਣਾ ਜੀਵਨ ਸਮਝੀ ਬੈਠੇ ਘਰ ਨੂੰ ਆਪਣਾ ਜੀਵਨ ਮੰਨੀ ਬੈਠੇ ਮੋਹ ਵਿੱਚ ਫਸ ਜਾਂਦੇ ਮੋਹ ਦਾ ਅਰਥ ਕੀ ਹੈ ਭਗਤ ਕਬੀਰ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਕਹਿੰਨ ਲੱਗੇ ਮੋਹ ਹੈ ਗਿੱਲਾ ਗੁੜ ਮੱਖੀ ਨੂੰ ਭੁੱਖ ਲੱਗੀ ਹੈ ਗੋੜ ਉਪਰ ਆ ਕੇ ਬੈਠੀ ਉਹਨੇ ਗੁੜ ਖਾਦਾ ਉੱਡ ਗਈ ਦੂਸਰੀ ਮੱਖੀ ਆਈ ਉਹਨੇ ਗੁੜ ਖਾਦਾ ਉੱਡ ਗਈ ਜਿੰਨੀ ਕੁ ਲੋੜ ਸੀ ਗੁੜ ਖਾ ਲਿਆ ਭੁੱਖ ਮਿਟ ਗਈ ਉੱਡ ਗਈ ਫਿਰ ਇੱਕ ਮੱਖੀ ਆਈ ਉਹਨੂੰ ਵੀ ਭੁੱਖ ਲੱਗੀ ਉਹ ਵੀ ਗੁੜ ਉਪਰ ਆ ਕੇ ਬੈਠ ਗਈ ਉਹਨੇ ਗੁੜ ਖਾਦਾ ਭੁੱਖ ਮਿਟ ਗਈ ਉਸ ਮੱਖੀ ਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੋ ਗਈ ਪਤਾ ਨਹੀਂ ਇਹ ਗੁੜ ਫਿਰ ਮਿਲੇ ਨਾ ਮਿਲੇ ਕਿ ਉਹਨਾਂ ਨੂੰ ਫੜੀ ਰੱਖਾਂ ਛੱਡਾਂ ਹੀ ਨਾ बस गल्ले गुड़ ਉੱਪਰ ਬੈਠੀ ਹੀ ਰਹੀ ਐਸੀ ਬੈਠੀ ਕਿ ਗੱਲੇ ਗੁੜ ਵਿੱਚ ਫਸ ਕੇ ਰਹਿ ਗਈ ਹੁਣ ਉੱਡਣਾ ਵੀ ਚਾਹਦੀ ਹੈ ਉੱਡ ਨਹੀਂ ਸਕਦੀ ਇਹ ਮਾਇਆ ਦਾ ਮੋਹ ਹੈ ਪਦਾਰਥ ਦਾ ਮੋਹ ਹੈ ਗੱਲੇ ਗੁੜ ਦੀ ਤਰ੍ਹਾਂ ਇੱਕ ਵਾਰ ਫੜ ਲਈ ਫਿਰ ਮੁੜ ਕੇ ਮੋਹ ਆਪ ਨਹੀਂ ਛੱਡਦਾ ਗਿੱਲੀ ਗਿੱਲੀ ਰੋੜੜੀ ਰੋੜੜੀ ਮੈਨੇ ਗੁੜ ਦੀ ਰੋੜੀ ਗੁੜ ਗਿੱਲਾ ਹੈ ਭੌਂਦੀ ਭੌਂ ਭੌ ਆਏ ਪੌਂਦੀ ਮਨੇ ਮੱਖੀ ਉੱਡ ਕੇ ਇਸ ਗਿੱਲੇ ਗੁੜ ਉਪਰ ਆ ਕੇ ਬੈਠ ਗਈ ਗਿੱਲੀ ਗਿੱਲੀ ਰੋਡੜੀ ਪੌਂਦੀ ਪਵ ਪਵ ਆਏ ਜੋ ਬੈਠੇ ਸਿਫਤਿਆ ਉਬਰੇ ਪਾਵ ਮਠਾਈ ਜਿਹੜੀਆਂ ਤੇ ਮੱਖੀਆਂ ਗੁੜ ਖਾ ਕੇ ਰੱਜ ਕੇ ਉਡਾਰੀ ਮਾਰ ਗਈਆਂ ਉਹ ਤੇ ਬਚ ਗਈਆਂ ਪਰ ਜਿੰਨਾ ਗੁੜ ਵੀ ਖਾਦਾ ਨਾਲ ਮੋਹ ਵੀ ਫੜ ਲਿਆ ਪਤਾ ਨਹੀਂ ਗੁੜ ਦੁਬਾਰਾ ਮਿਲੇ ਨਾ ਮਿਲੇ ਗੁੜ ਨੂੰ ਫੜ ਕੇ ਬੈਠ ਗਈਆਂ ਉਹ ਫਸ ਗਈਆਂ ਆਖਰ ਉਸ ਗੁੜ ਵਿੱਚ ਹੀ ਤੜਪ ਕੇ ਦਮ ਤੋੜ ਗਈਆਂ ਫਕਤ ਗੁਰ ਜੀ ਨੇ ਜਿਹੜੀ ਉਦਾਹਰਨ ਦਿੱਤੀ ਆਪਣੀ ਬਾਣੀ ਵਿੱਚ ਉਹਨਾਂ ਬੜਾ ਸਪਸ਼ਟ ਕਿਹਾ ਕਿਨ ਲਗੇ ਅਸਲ ਵਿੱਚ ਮੋਹ ਗੁੜ ਉਦੋਂ ਪਸੰਦ ਹੈ ਜਦੋਂ ਮੱਖੀ ਫੜਦੀ ਹੈ ਮੋਹ ਜਿਹੜਾ ਹੈ ਇਹ ਬੰਧਨ ਨਹੀਂ ਹੈ ਮੋਹ ਪਕੜ ਹੈ ਬੰਧਨ ਨਹੀਂ ਹੈ ਅਕਸਰ ਮਨੁੱਖ ਕਹਿੰਦਾ ਜੀ ਕੀ ਕਰੀਏ ਮਾਇਆ ਨੇ ਸਾਨੂੰ ਬੰਨ ਲਿਆ ਹੈ ਪਦਾਰਥਾਂ ਨੇ ਬੰਨ ਲਿਆ ਹੈ ਕਰ ਕੋਠੀ ਨੇ ਸਾਨੂੰ ਬੰਨਿਆ ਹੋਇਆ ਕੀ ਕਰੀਏ ਪਦਾਰਥ ਕਦੀ ਕਿਸੇ ਨੂੰ ਨਹੀਂ ਬੰਦਦੇ ਕਾਰਾਂ ਕੁਠੀਆਂ ਕਦੀ ਕਿਸੇ ਨੂੰ ਨਹੀਂ ਬੰਦਦੀਆਂ ਮਨੁੱਖੀ ਫੜੀ ਬੈਠੇ ਤੇ ਦੋ ਧਾਰਨਾ ਦਿੱਤੀਆਂ ਦੋ ਤੈਨੂੰ ਧਾਰਨਾ ਦਿੱਤੀਆਂ ਭਗਤ ਕਬੀਰ ਜੀ ਨੇ ਉਸ ਸ਼ਬਦ ਵਿੱਚ ਸਮਦਾਰੀ ਦੇਖਦਾ ਹੈ ਕਿ ਬੰਦਰ ਬੜਾ ਚੰਚਲ ਵਿਰਤੀ ਵਾਲਾ ਜੀਵ ਹੈ ਪਕੜ ਚ ਨਹੀਂ ਆਉਂਦਾ ਇੱਕ ਟਾਣੀ ਤੋਂ ਛਾਲ ਮਾਰਦਾ ਦੂਸਰੀ ਟਾਣੀ ਤੇ ਉਥੋਂ ਛਾਲ ਮਾਰਦਾ ਤੀਸਰੀ ਟਾਣੀ ਤੇ ਕਾਬੂ ਚ ਨਹੀਂ ਆਉਂਦਾ ਸਮਦਾਰੀ ਨੇ ਕੀ ਕੀਤਾ ਤੰਗ ਮੂੰਹ ਵਾਲੇ ਕੁਜੇ ਦੇ ਵਿੱਚ ਦਾਣੇ ਪਰਲੇ ਉਸ ਕੁਜੇ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਬੰਦਰ ਨੇ ਦੇਖਿਆ ਕਿ ਦਾਣੇ ਨੇ ਮਿਹਨਤ ਕਰਨ ਦੀ ਲੋੜ ਹੀ ਕੀ ਹੈ ਕਿਸੇ ਦੇ ਦਾਣੇ ਪਏ ਨੇ ਜਾ ਕੇ قبضہ ਕਰ ਲੈਣੇ ਆ ਮੰਦਰ ਰੁੱਖ ਤੋਂ ਥੱਲੇ ਉਤਰਿਆ ਉਹਨੇ ਕੁਜੇ ਚਪਣਾ ਹੱਥ ਪਾਇਆ ਜਦੋਂ ਅਨਾਜ ਦੇ ਦਾਣਿਆਂ ਦੀ ਬੁੱਕ ਚੰਗੀ ਤਰ੍ਹਾਂ ਭਰੀ ਹੱਥ ਫਸਾਰ ਕੇ ਹੁਣ ਬਾਹਰ ਕੱਢਣਾ ਚਾਹੁੰਦਾ ਹੈ ਹੱਥ ਨੂੰ ਬਾਹਰ ਨਿਕਲਦਾ ਨਹੀਂ ਹੈ ਅਨਾਜ ਦੇ ਦਾਣਿਆਂ ਨਾਲ ਭਰੀ ਹੋਈ ਬੁੱਕ ਹੱਥ ਬਾਹਰ ਕੱਢਣਾ ਚਾਹੁੰਦਾ ਨਿਕਲਦਾ ਨਹੀਂ ਹੁਣ ਬੰਦਰ ਮਨ ਵਿੱਚ ਸੋਚਦਾ ਕਿ ਕੁੱਜੇ ਨੇ ਮੈਨੂੰ ਫੜ ਲਿਆ ਮੈਂ ਬੰਨਿਆ ਗਿਆ ਹੁਣ ਕੁੱਜੇ ਨੇ ਬੰਨਿਆ ਨਹੀਂ ਹੈ ਇਹਹੀ ਕੁੱਜੇ ਨੂੰ ਫੜੀ ਬੈਠਾ ਪਕੜ ਹੈ ਇਹ ਬੰਦਨ ਨਹੀਂ ਥੋੜੇ ਬੁੱਤੇ ਦਾਣੇ ਕੱਢ ਲੈਂਦਾ ਤੇ ਹੱਥ ਬਾਹਰ ਨਿਕਲਾਂਦਾ ਪੂਰਾ ਹੱਥ ਪਸਾਰ ਕੇ ਕਿ ਮਤਾ ਕਿਸੇ ਹੋਰ ਨੂੰ ਨਾ ਮਿਲ ਜਾਏ ਹੋਰ بڑے ਬੰਦਰ ਤੁਰੇ ਫਿਰਦੇ ਨੇ ਕੋਈ ਹੋਰ ਨਾ ਲੈ ਜਾਏ ਹੱਥ ਪਸਾਰ ਕੇ ਜਦੋਂ ਅਨਾਜ ਦੇ ਦਾਣੇ ਨੂੰ ਕਢਣਾ ਚਾਹੁੰਦਾ ਹੈ ਹੱਥ ਨਿਕਲਦਾ ਨਹੀਂ ਆਖਰ ਫੜਿਆ ਗਿਆ ਉਹ ਚੰਚਲ ਬਿਰਤੀ ਵਾਲਾ ਬੰਦਰ ਜਿਹੜਾ ਕਦੀ ਕਾਬੂ ਨਹੀਂ ਸੀ ਆਂਦਾ ਹੁਣ ਮਦਾਰੀ ਦੇ ਇਸ਼ਾਰਿਆਂ ਤੇ ਘਰ ਘਰ ਅੱਗੇ ਨੱਚਦਾ ਫਿਰਦਾ ਹੈ ਸੋਚਦਾ ਕਿ ਕੁਝ ਨੇ ਬੰਨ ਲਿਆ ਬੰਨਿਆ ਨਹੀਂ ਪੁਈ ਅਨਾਜ ਨੂੰ ਫੜੀ ਬੈਠੇ ਹੁਣ ਪਕੜ ਛੱਡ ਦੇ ਹੁਣ ਆਜ਼ਾਦ ਹੋ ਜਾਏਗਾ ਮਾਇਆ ਬੰਧਨ ਨਹੀਂ ਪਕੜ ਹੈ ਸ਼ਿਕਾਰੀ ਨੇ ਦੇਖਿਆ ਵੀ ਪੰਛੀਆਂ ਨੂੰ ਫੜਨਾ ਕਿਵੇਂ ਫੜਾ ਉਨੇ ਕੀ ਕੀਤਾ ਸ਼ਿਕਾਰੀ ਨੇ ਇੱਕ ਪਾਈਪ ਦੇ ਵਿੱਚ ਨਲਕੀ ਦੇ ਵਿੱਚ ਇੱਕ ਰੱਸੀ ਪਰੋ ਲਈ ਰੱਸੀ ਵਿੱਚ ਨਲਕੀ ਪਰੋ ਕੇ ਰੱਸੀ ਨੂੰ ਦੋਨਾਂ ਸਿਰਿਆਂ ਤੋਂ ਕੁਟ ਕੇ ਬੰਨ ਦਿੱਤਾ ਉਸ ਨਲਕੀ ਦੇ ਥੱਲੇ ਪਾਣੀ ਦਾ ਇੱਕ ਭਾਂਡਾ ਰੱਖ ਦਿੱਤਾ ਆਲੇ-ਦੁਆਲੇ ਕੁਝ ਦਾਣੇ ਖਿਲਾਰ ਦਿੱਤੇ ਤੋਤੇ ਨੇ ਦੇਖਿਆ ਕਿ ਮਿਹਨਤ ਕਰਨ ਦੀ ਲੋੜ ਹੀ ਨਹੀਂ ਐਵੇਂ ਇੱਕ ਇੱਕ ਦਾਣਾ ਲੱਭਦਾ ਫਿਰਾਂਗਾ ਕਿਸੇ ਦੇ ਅਨਾਸ ਦੇ ਦਾਣੇ ਪਏ ਨੇ ਉਹੀ ਚੱਕ ਲੈਣਾ ਤੋਤਾ ਉੜਦਾ ਉੜਦਾ ਆਇਆ ਉਸ ਪਾਈਪ ਦੇ ਉੱਪਰ ਨਲਕੀ ਉੱਪਰ ਆ ਕੇ ਬੈਠਾ ਬੈਠਣ ਦੀ ਧੀਰ ਉਹ ਨਲਕੀ ਕੁੰਮ ਗਈ ਤੋਤਾ ਉਲਟਾ ਲੜਕ ਗਿਆ ਹੁਣ ਥੱਲੇ ਪਾਣੀ ਦਾ ਭਾਂਡਾ ਹੈ ਸੋਚਦਾ ਮੈਂ ਪਾਣੀ ਚ ਨਾ ਜਾ ਡੇਗਾ ਤੇ ਨਾਲ ਮਨ ਵਿੱਚ ਇਹ ਸੋਚਦਾ ਕਿ ਇਸ ਨਲਕੀ ਨੇ ਮੈਨੂੰ ਫੜ ਲਿਆ ਬੰਨਿਆ ਗਿਆ ਨਲਕੀ ਨੇ ਬੰਨਿਆ ਨਹੀਂ ਇਹ ਖੁਦ ਨਲਕੀ ਨੂੰ ਫੜੀ ਬੈਠਾ ਹੁਣ ਇਹ ਆਪਣੇ ਖੰਭ ਫੜਫੜਾ ਕੇ ਨਲਕੀ ਛੱਡ ਦੇ ਤੇ ਉੱਡ ਜਾਏਗਾ ਪਰ ਸੋਚਦਾ ਇਸ ਪਾਈਪ ਨੇ ਮੈਨੂੰ ਬੰਨ ਲਿਆ ਹੈ ਸ਼ିକਾਰੀ ਨੇ ਆ ਕੇ ਉਹਨੂੰ ਪੰਜਰੇ ਚ ਪਾ ਲਿਆ ਮਰਕਟ ਮੁਸਤੀ ਅਨਾਜ ਕੀ ਮਨ ਬਵਰਾ ਰੇ ਲੀਨੀ ਹੱਥ ਪਸਾਰ ਮਰਕਟ ਮਨੇ ਬੰਦਰ ਮੁਸਤੀ ਅਨਾਜ ਕੀ ਅਨਾਜ ਦੀ ਪੂਰੀ ਮੁਠੀ ਭਰ ਲਈ ਔਰ ਲੀਨੀ ਹੱਥ ਪਸਾਰ ਪੂਰਾ ਹੱਥ ਪਸਾਰ ਕੇ ਥੋੜੇ ਬੋਤੇ ਦਾਣੇ ਕੱਢ ਲੈਂਦਾ ਤੇ ਹੱਥ ਬਾਹਰ ਨਿਕਲ ਆਂਦਾ ਪਰ ਮੋਹ ਪਤਾ ਨਹੀਂ ਕੋਈ ਹੋਰ ਨਾ ਦਾਣੇ ਲੈ ਜਾਏ ਪੂਰਾ ਹੱਥ ਪਸਾਰ ਕੇ ਇਹਨੇ ਦਾਣੇ ਨੂੰ ਫੜਿਆ ਮਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਓ ਮਨ ਬੋਰਾ ਰੇ ਨਾਚਿਓ ਕਰ ਕਰ ਬਾਗ ਹੁਣ ਕਰ ਕਰ ਕਿਨਚਦਾ ਫਿਰਦਾ ਜਿਉ ਨਲਨੀ ਸੂਟਾ ਗਹਿਓ ਮਨ ਬੋਰਾ ਰੇ ਮਾਇਆ ਇਹ ਵਿਵਹਾਰ ਸੂਟਾ ਮੈਨੇ ਤੋਤਾ ਜਿਵੇਂ ਤੋਤਾ ਨਲਕੀ ਦੇ ਉਪਰ ਆ ਕੇ ਬੈਠਦਾ ਤੇ ਲੜਕਿਆ ਚਲਾ ਜਾਂਦੇ ਸੋਚਦਾ ਵੀ ਨਲਕੀ ਨੇ ਬੰਨ ਲਿਆ ਹਾਲਾਂਕਿ ਆਪ ਨਲਕੀ ਨੂੰ ਫੜੀ ਬੈਠੇ ਜੋ ਨਲ ਨਹੀਂ ਸੂਟਾ ਗਿਓ ਮਨ ਬਵਰਾਰੇ ਮਾਇਆ ਇਹ ਵਿਵਹਾਰ ਜੈਸਾ ਰੰਗ ਸੁਭ ਕਾ ਮਨ ਬਵਰਾਰੇ ਤਿਉ ਪਸਰਿਆ ਪਾਸਾਰ ਪਦਾਰਤ ਇਹਨੂੰ ਕਦੀ ਨਹੀਂ ਫੜਦੇ ਇਹ ਪਦਾਰਥਾਂ ਨੂੰ ਫੜ ਲੈਂਦਾ ਘਰ-ਬਾਰ ਕਦੀ ਮਨੁੱਖ ਨੂੰ ਨਹੀਂ ਬਣਦੇ ਮਨੁੱਖੀ ਇਹਨੂੰ ਫੜੀ ਬੈਠੇ ਕਿਉਂ ਉਹ ਇਸ ਕਰਕੇ ਫੜੀ ਬੈਠੇ ਉਹਨੇ ਆਪਣੇ ਜੀਵਨ ਦਾ ਕੇਂਦਰ ਇਹਨਾਂ ਚੀਜ਼ਾਂ ਨੂੰ ਮੰਨ ਲਿਆ ਮੋਹ ਕਿਨੂੰ ਆਖਦੇ ਨੇ ਮੋਹ ਦੀ ਪਰਵਾਸਾ ਕੀ ਹੈ ਮੋਹ ਦਾ ਇਨਹੀਂ ਅਰਥ ਹੈ ਕਿ ਮੇਰੇ ਜੀਵਨ ਦਾ ਕੇਂਦਰ ਕੋਈ ਹੋਰ ਹੈ ਮੇਰੀ ਲਾਈਫ ਦਾ ਸੈਂਟਰ ਕਿਤੇ ਹੋ ਰਿਹਾ ਹੈ ਮੋਹ ਦਾ ਮਤਲਬ ਇਹ ਹੈ ਕਿ ਮੇਰੇ ਪ੍ਰਾਣ ਕਿਸੇ ਹੋਰ ਚੀਜ਼ ਵਿੱਚ ਨੇ ਦੂਸਰੀ ਚੀਜ਼ ਹੋਏਗੀ ਤੇ ਮੈਂ ਜੀਵਾਂਗਾ ਨਹੀਂ ਹੋਏਗੀ ਤੇ ਨਹੀਂ ਜੀਵਾਂਗਾ ਬਸ ਆਹ ਹੈ ਮੋਹ ਦਾ ਬੰਧਨ ਆਪਣੇ ਪ੍ਰਾਣ ਕਿਸੇ ਦੂਸਰੀ ਚੀਜ਼ ਵਿੱਚ ਰੱਖ ਲੈਣੇ ਉਦਾਹਰਨ ਦੇ ਤੌਰ ਤੇ ਅਕਸਰ ਅਸੀਂ ਕਹਾਣੀ ਬਚਪਨ ਚ ਸੁਣਦੇ ਰਹੇ ਹਾਂ ਕੋਈ ਰਾਜਕੁਮਾਰ ਕਿਸੇ ਦੈਂਤ ਨੂੰ ਮਾਰਨਾ ਚਾਹੁੰਦਾ ਉਹ ਮਰਦਾ ਨਹੀਂ ਹੈ ਬੜਾ ਵੱਡਾ ਰਕਸ਼ ਹੈ ਦੇਵ ਹੈ ਉਹ ਰਾਜਕੁਮਾਰ ਮਾਰਦੇ ਉਹ ਮਰਦਾ ਨਹੀਂ ਹੈ ਬੜਾ ਪਰੇਸ਼ਾਨ ਹੋਇਆ ਉਹ ਰਾਜਕੁਮਾਰ ਫਿਰ ਕਿਸੇ ਫਕੀਰ ਨੇ ਦੱਸਿਆ ਕਿ ਇਹਦੇ ਪ੍ਰਾਣ ਤੂੰ ਮਾਰੇਗਾ ਨਹੀਂ ਮਰੇਗਾ ਫਲਾਨੀ ਕਾਲੀ ਪਹਾੜੀ 'ਚ ਜਾਈ ਕਾਲੀ ਪਹਾੜੀ ਦੇ ਵਿੱਚ ਗੁਫਾ ਹੋਏਗੀ ਗੁਫਾ 'ਚ ਚਲਾ ਜਾਈ ਉੱਥੇ ਇੱਕ ਪਿੰਜਰਾ ਹੋਏਗਾ ਪਿੰਜਰੇ ਵਿੱਚ ਇੱਕ ਤੋਤਾ ਹੋਏਗਾ ਤੋਤੇ ਵਿੱਚ ਸਰਾਕਸ਼ਸ ਦੇ ਪ੍ਰਾਣ ਨਹੀਂ ਤੋਤਾ ਮਰੇਗਾ ਤੇ ਮਰੇਗਾ ਨਹੀਂ ਤੇ ਨਹੀਂ ਮਰੇਗਾ ਰਾਜਕੁਮਾਰ ਬੜੀਆਂ ਮੁਸ਼ਕਲਾਂ 'ਚ ਗੁਜ਼ਰ ਕੇ ਉਸ ਕਾਲੀ ਪਹਾੜੀ ਤੱਕ ਪਹੁੰਚਿਆ ਉਸ ਪਹਾੜੀ ਦੀ ਗੁਫਾ ਵਿੱਚ ਵੀ ਗਿਆ ਉੱਥੋਂ ਜਾ ਕੇ ਪਿੰਜਰਾ ਚੁੱਕ ਲਿਆਂਦਾ ਪਿੰਜਰੇ ਦੇ ਵਿੱਚੋਂ ਤੋਤੇ ਨੂੰ ਬਾਹਰ ਕਢਿਆ ਇਧਰੋਂ ਤੋਤੇ ਦੀ ਗਰਦਨ ਮਰੋੜੀ ਉਧਰੋਂ ਰਾਕਸ਼ਸ ਮਰ ਗਿਆ ਇਨੂੰ ਆਖਦੇ ਨੇ ਮੋਹ ਉਸ ਰਕਸ਼ਸ਼ ਦੇ ਉਸ ਦਿਓ ਦੇ ਪ੍ਰਾਣ ਜਿਹੜੇ ਨੇ ਤੋਤੇ ਦੇ ਵਿੱਚ ਨੇ ਤੋਤਾ ਮਰਿਆ ਤੇ ਰਕਸ਼ ਮਰਿਆ ਇਹਨੂੰ ਆਖਦੇ ਨੇ ਮੋਹ ਕਿ ਮੇਰੇ ਪ੍ਰਾਣ ਕਿਤੇ ਹੋਰ ਨੇ ਮੇਰੀ ਜ਼ਿੰਦਗੀ ਕੋਈ ਹੋਰ ਜੂਰਿਆ ਜੇ ਉਹਨੂੰ ਕੁਝ ਹੋ ਗਿਆ ਤੇ ਮੈਂ ਨਹੀਂ ਜੀ ਪਾਵਾਂਗਾ ਮਾਂ ਨੂੰ ਜਿਵੇਂ ਮਾਂ ਦੇ ਪ੍ਰਾਣ ਉਹਦੇ ਬੱਚੇ ਵਿੱਚ ਨੇ ਬੱਚਾ ਜਿਉਂਦਾ ਤੇ ਮਾਂ ਜੀ ਹੁੰਦੀ ਹੈ ਬੱਚਾ ਬਿਮਾਰ ਹੋਵੇ ਮਾਂ ਦੁਖੀ ਹੋ ਜਾਂਦੀ ਹੈ ਬੱਚੇ ਨੂੰ ਕੁਝ ਹੋ ਜਾਏ ਤੇ ਮਾਂ ਜੀਨ ਨੂੰ ਤਿਆਰ ਨਹੀਂ ਹੁੰਦੀ ਕਿਉਂ ਮਾਂ ਆਪਣੀ ਜ਼ਿੰਦਗੀ ਨਹੀਂ ਜੀ ਰਹੀ ਮਾਂ ਦੀ ਜ਼ਿੰਦਗੀ ਬੱਚਾ ਜੀ ਰਿਹਾ ਹੈ ਮਾਂ ਨੇ ਆਪਣੇ ਪ੍ਰਾਣ ਬੱਚੇ ਚ ਰੱਖ ਦਿੱਤੇ ਮੇਰਾ ਬੱਚਾ ਜਿਉਂਦਾ ਤੇ ਮੈਂ ਜਿਉਂਦੀ ਆ ਬੱਚੇ ਨੂੰ ਕੁਝ ਹੋਇਆ ਤੇ ਮੈਨੂੰ ਕੁਝ ਹੋ ਜਾਏਗਾ ਮਨੋ ਜਿਵੇਂ ਪੋਲੀਟਿਸ਼ੀਅਨਸ ਆ ਜਿਹੜੇ ਰਾਜਨੇਤਾ ਲੋਕ ਨੇ ਲੀਡਰ ਲੋਕ ਉਹਨਾਂ ਨੇ ਆਪਣੇ ਪ੍ਰਾਣ ਕੁਰਸੀ ਚ ਟਿਕਾ ਦਿੱਤੇ ਕੁਰਸੀ ਹੈ ਤੇ ਅਸੀਂ ਜਿਉਂਦੇ ਆ ਕੁਰਸੀ ਨਹੀਂ ਤੇ ਜਿਉਂਦੇ ਨਹੀਂ ਜਿੰਨਾ ਚਿਰ ਕੁਰਸੀ ਤੇ ਬੈਠੇ ਹੁੰਦੇ ਨੇ 90 90 ਸਾਲ ਦੇ ਭਜੇ ਫਿਰਦੇ ਨੇ ਪਰ ਜਦੋਂ ਕੁਰਸੀ ਖੁੱਸ ਜਾਏ ਨਾ ਚੰਗੇ ਚੰਗੇ ਲੀਡਰ ਵੀ ਬਿਮਾਰ ਪੈ ਜਾਂਦੇ ਨੇ ਹਸਪੀਟਲ ਦਾਖਲ ਕਰਾਉਣਾ ਪੈਂਦਾ ਇਹ ਹੈ ਮੋ ਕਿ ਮੇਰੇ ਪ੍ਰਾਣ ਮੇਰੀ ਕੁਰਸੀ ਵਿੱਚ ਨੇ ਕੁਰਸੀ ਜੀ ਰਹੀ ਐ ਇਸ ਮਨੁੱਖ ਦੀ ਜ਼ਿੰਦਗੀ ਨੂੰ ਇਹ ਆਪ ਆਪਣੀ ਜ਼ਿੰਦਗੀ ਨਹੀਂ ਜੀ ਰਿਆ ਇਹਦੀ ਜ਼ਿੰਦਗੀ ਕੁਰਸੀ ਜੀ ਰਹੀ ਹੈ ਇਹਨੂੰ ਅਖਦੇ ਨੇ ਮੋ ਕਿਸੇ ਨੇ ਆਪਣੇ ਪ੍ਰਾਣ ਕੋਠੀ 'ਚ ਟਿਕਾ ਦਿੱਤੇ ਕਿਸੇ ਨੇ ਆਪਣੇ ਪ੍ਰਾਣ ਕਾਰ 'ਚ ਟਿਕਾ ਦਿੱਤੇ ਕਿਸੇ ਨੇ ਕਿਸੇ ਚੀਜ਼ 'ਚ ਟਿਕਾ ਦਿੱਤੇ ਇਹਨੂੰ ਆਖਦੇ ਨੇ ਮੋਹ ਕਿ ਮੇਰੀ ਜ਼ਿੰਦਗੀ ਦਾ ਕੇਂਦਰ ਕੋਈ ਹੋਰ ਹੈ ਮੇਰੀ ਜ਼ਿੰਦਗੀ ਕੋਈ ਹੋਰ ਜੀ ਰਿਹਾ ਹੈ ਉਹ ਹੋਏਗਾ ਤੇ ਮੇਰੀ ਜ਼ਿੰਦਗੀ ਹੋਏਗੀ ਉਹ ਨਹੀਂ ਹੋਏਗਾ ਤੇ ਜ਼ਿੰਦਗੀ ਨਹੀਂ ਹੋਏਗੀ ਬਹੁਤ ਵੱਡੀਆਂ ਉਦਾਹਰਨਾਂ ਨਾਲ ਉਹ ਛੋਟੀ ਮੋਟੀ ਉਦਾਹਰਨ ਦੇਖ ਲਓ ਕਿਸੇ ਦਾ ਕਾਰ 'ਚ ਮੋਹ ਹੋਵੇ ਨਾ ਹੁਣ ਕਾਰ ਤੇ ਸੀ ਨੌਕਰ ਮਨੁੱਖ ਦੀ ਇਹਦਾ ਕੰਮ ਸੀ ਮਨੁੱਖ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਟਰਾਂਸਪੋਰਟ ਹੈ ਪਰ ਉਲਟਾ ਹੋ ਗਿਆ ਕੰਮ ਜਦੋਂ ਕਾਰ ਦਾ ਮੋਹ ਪੈਦਾ ਹੋ ਗਿਆ ਹੁਣ ਇਹ ਕਾਰ ਦਾ ਨੌਕਰ ਬਣ ਗਿਆ ਹੁਣ ਉਹਦੀ ਸਾਫ ਸਫਾਈ ਕਰਦਾ ਹੈ ਉਹਦੀ ਸੰਭਾਲ ਕਰਦਾ ਹੈ ਬੱਚਿਆਂ ਵਾਂਗੂ ਸੰਭਾਲ ਕੇ ਰੱਖਦਾ ਹੈ ਇਹੋ ਜਿਹਾ ਨੌਕਰ ਹੋ ਗਿਆ ਬਾਹਰ ਕਾਰ ਖੜੀ ਕਰਕੇ ਗੁਰਦੁਆਰੇ ਆ ਜਾਂਦੇ ਧਿਆਨ ਇਹਦਾ ਕਾਰ ਵਿੱਚ ਹੀ ਹੈ ਮੈਂ ਤਾਂ ਟਿਕਟ ਨਾ ਲੱਗ ਜਾਏ ਕੁਝ ਸਕ੍ਰੈਚ ਨਾ ਪਾ ਜਾਏ ਚੋਰੀ ਨਾ ਹੋ ਜਾਏ ਇਹ ਨੀਜੀਰੀਆ ਇਹ ਜ਼ਿੰਦਗੀ ਕਾਰ ਜੀ ਰਹੀ ਹੈ ਇਹਦੇ ਪ੍ਰਾਣ ਕਾਰ ਵਿੱਚ ਨੇ ਇਹ ਕਾਰ ਨਾਲ ਬੰਨਿਆ ਗਿਆ ਨੌਕਰ ਹੋ ਗਿਆ ਕਾਰ ਤੇ ਛੱਡੋ ਜੇ ਫੋਨ ਨਾਲ ਮੋਹ ਪੈਦਾ ਹੋ ਜਾਏ ਮੋਬਾਈਲ ਨਾਲ ਮੋਹ ਪੈਦਾ ਹੋ ਜਾਏ ਤੇ ਜੇ 5 ਮਿੰਟ ਨਜ਼ਰ ਨਾ ਆਵੇ ਮੋਬਾਈਲ ਕਿੱਥੇ ਹੈ ਫਿਰ ਪੱਜਾ ਫਰਦਾ ਕਿਦਰ ਗਿਆ ਕਿਤੇ ਕਿਸੇ ਨੂੰ ਚੁੱਕ ਨਹੀਂ ਲਿਆ ਡੇਗਣਾ ਪਿਆ ਟੁੱਟਣਾ ਜਾਏ ਇਹ ਨਾ ਹੋ ਜਾਏ ਪ੍ਰਾਣ ਉਹਦੇ ਚੁਟਕਾ ਲੇ ਫੋਨ ਇਹਦਾ ਨੌਕਰ ਸੀ ਹੁਣ ਉਲਟਾ ਇਹ ਫੋਨ ਦਾ ਨੌਕਰ ਹੋ ਗਿਆ ਉਹਦੀ ਸੰਭਾਲੇ ਕਰਦਾ ਫਰਦਾ ਹੈ ਇਨੂੰ ਆਖਦੇ ਨੇ মোহ ਆਪਣੇ ਪ੍ਰਾਣ ਦੂਜੇ ਚ ਟਿਕਾ ਦੇਣੇ ਕਿ ਮੇਰੀ ਜ਼ਿੰਦਗੀ ਦਾ ਕੇਂਦਰ ਕੋਈ ਹੋਰ ਹੈ ਮੈਂ ਆਪਣੀ ਜ਼ਿੰਦਗੀ ਨਹੀਂ ਜੀ ਰਿਹਾ ਮੇਰੀ ਜ਼ਿੰਦਗੀ ਕਾਰ ਜੀ ਰਹੀ ਹੈ ਕੋਠੀ ਜੀ ਰਹੀ ਹੈ ਮੇਰੀ ਜ਼ਿੰਦਗੀ ਮੇਰੇ ਤੀਆਂ ਪੁੱਤਰ ਜੀ ਰਹੇ ਨੇ ਮੇਰੀ ਜ਼ਿੰਦਗੀ ਮੇਰੀ ਕੁਰਸੀ ਜੀ ਰਹੀ ਹੈ ਕੁਰਸੀ ਹੋਏਗੀ ਤੇ ਜੀਵਾਂਗਾ ਨਹੀਂ ਹੋਏਗੀ ਤੇ ਨਹੀਂ ਜੀਵਾਂਗਾ ਇਹਨੂੰ ਆਖਦੇ ਨੇ মোহ ਤੇ ਜਦੋਂ ਆਹ মোহ ਪੈਦਾ ਹੋ ਜਾਂਦਾ ਹੈ ਉਦੋਂ ਮਨੁੱਖ ਬੰਨਿਆ ਜਾਂਦਾ ਹੈ ਕਦੀ ਮਨੁੱਖ ਮੈਂਚ ਜੀਂਦਾ ਹੁੰਦਾ ਸੀ ਪੁਰਾਣੇ ਜ਼ਮਾਨਿਆਂ ਦੀ ਗੱਲ ਕਰਦਾ ਕੋਲ ਕੁਛ ਹੋਵੇ ਤੇ ਤਾਂ ਹੀ ਬੰਦਾ ਮੈਂ ਕਰਦਾ ਨਾ ਵੀ ਮੈਂ ਕੁਛ ਹਾਂ ਚਾਹੇ ਮੈਂ ਸੁੰਦਰ ਹਾਂ ਚਾਹੇ ਮੈਂ ਤਾਕਤਵਰ ਹਾਂ ਚਾਹੇ ਮੈਂ ਵਿਦਵਾਨ ਹਾਂ ਚਾਹੇ ਮੈਂ ਕੁਛ ਹਾਂ ਹੁਣ ਉਹ ਮੈਂ ਤੇਰਾ ਹੀ ਨਹੀਂ ਇਹਦੇ ਆਪਣੀ ਕਮਾਈ ਤੇ ਕੋਈ ਹਏ ਨਹੀਂ ਹੈ ਹੁਣ ਕੀ ਕਰਦਾ ਆਪਣੀ ਹੋਂਦ ਵਧਾਉਣ ਵਾਸਤੇ ਨੈ ਤੋ ਇਹ ਮੇਰੀ ਤੇ ਪਹੁੰਚ ਗਿਆ ਆਪ ਤੇ ਕੁਛ ਹੈ ਨਹੀਂ ਹੁਣ ਆਪਣੇ ਆਪ ਨੂੰ ਕਿਦਾਂ ਵੱਡਾ ਕਰੇ ਵਕਤ ਤੇ ਚਲ ਕੋਈ ਗੱਲ ਨਹੀਂ ਕਟੂਕਟ ਆ ਮੇਰੀ ਕਾਰ ਪਤਾ ਲੱਗੇ ਆਪ ਤੇ ਕਿਸੇ ਜੁਗਾ ਨਹੀਂ ਹੈ ਹੁਣ ਕਾਰ ਦੇ ਸਿਰ ਤੇ ਵੱਡਾ ਬਣ ਰਿਹਾ ਮੇਰੀ ਕਾਰ ਮੇਰੀ ਕੋਠੀ ਪਹਿਲਾਂ ਮੈਂ ਦੇ ਸਿਰ ਤੇ ਜਿਉਂਦਾ ਹੁੰਦਾ ਹੁੰਦਾ ਸੀ ਅਜੋਕਾ ਜ਼ਮਾਨਾ ਪਦਾਰਥ ਦਾ ਯੋਗ ਇਹੋ ਜਿਹਾ ਹੈ ਆਪਣੇ ਕੋਲ ਤੇ ਕੋਈ ਗੁਣ ਨਹੀਂ ਹੈ ਹੁਣ ਪਦਾਰਥਾਂ ਦੇ ਸਿਰ ਤੇ ਵੱਡਾ ਹੋ ਰਿਹਾ ਮੇਰਾ ਘਰ ਮੇਰੀ ਕੋਠੀ ਮੇਰੀ ਕਾਰ ਮੇਰੀ ਕੁਰਸੀ ਮੇਰੀ ਪਦਵੀ ਮੇਰਾ ਅਹੁਦਾ ਮੇਰਾ ਰਤਬਾ ਹੁਣ ਇਹਦੇ ਤੇ ਮੇਰੀ ਤੇ ਆ ਗਿਆ ਤੇ ਮੇਰੀ ਦਾ ਮਤਲਬ ਕੀ ਹੁੰਦਾ ਮੇਰੀ ਦਾ ਮਤਲਬ ਹੁੰਦਾ ਬੰਦਨ ਆਇਆ ਬੰਦਨ ਮੇਰੀ ਦਾ ਮਤਲਬ ਬੰਦਨ ਮੇਰੀ ਕਾਰ ਕਾਰ ਨੇ ਨੂੰ ਬੰਨ ਲਿਆ ਹੁਣ ਹੁਣ ਜਿੱਥੇ ਜਾਂਦਾ ਧਿਆਨ ਕਾਰ ਚ ਹੀ ਰਹਿੰਦੀ ਹੈ ਇਹਦਾ ਕਾਰ ਨੂੰ ਕੁਝ ਹੋ ਨਾ ਜਾਏ ਚੋਰੀ ਨਾ ਹੋ ਜਾਏ ਸਕ੍ਰੈਚ ਨਾ ਪੈ ਜਾਏ ਖਰਾਬ ਨਾ ਹੋ ਜਾਏ ਬਨਿਆ ਗਿਆ ਕਾਰ ਨਾਲ ਮੇਰਾ ਫੋਨ ਫੋਨ ਨਾਲ ਬਨਿਆ ਗਿਆ ਗਵਾਚ ਨਾ ਜਾਏ ਡਿੱਗ ਨਾ ਜਾਏ ਟੁੱਟ ਨਾ ਜਾਏ ਮੇਰੀ ਜ਼ਮੀਨ ਕੋਈ ਕਬਜ਼ਾ ਨਾ ਕਰ ਲੇ ਮੇਰੀ ਕੁਰਸੀ ਕੋਈ ਖੋ ਨਾ ਲੇ ਮੇਰੀ ਮੇਰੀ ਧਾਰ ਬੰਧਨ ਬੰਦਿਆ ਆਇਆ ਬੰਧਨ ਜਿਸ ਚੀਜ਼ ਨੂੰ ਕਹਿ ਦਿੱਤਾ ਨਾ ਮੇਰੀ ਸਮਝ ਲਓ ਇਹਨੇ ਉਹਨੂੰ ਬੰਨ ਲਿਆ ਇਹ ਉਸ ਚੀਜ਼ ਦਾ ਗੁਲਾਮ ਹੋ ਗਿਆ ਬੰਧਨ ਦੇ ਵਿੱਚ ਆ ਗਿਆ ਬਸ ਇਸੇ ਬੰਧਨ ਦੇ ਵਿੱਚ ਨਰਕ ਸੁਰਗ ਦੇ ਸੁੱਖ ਦੁੱਖ ਭੋਗਦਾ ਫਿਰਦਾ ਹੈ ਚੀਜ਼ ਮਿਲ ਜਾਂਦੀ ਹੈ ਖੁਸ਼ੀ ਦੇ ਵਿੱਚ ਸੁਖ ਸੁਖ ਦੇ ਵਿੱਚ ਸਵਰਗ ਭੋਗ ਲੈਂਦਾ ਚੀਜ਼ ਵਿਛੜ ਜਾਂਦੀ ਹੈ ਦੁਖੀ ਹੋ ਜਾਂਦਾ ਨਰਕ ਭੋਗੀ ਜਾਂਦਾ ਮੇਰੀ ਮੇਰੀ ਧਾਰ ਬੰਦਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਇਹਨਾਂ ਮਾਇਆ ਦੇ ਧੰਦਿਆਂ ਵਿੱਚ ਕਦੀ ਨਰਕ ਭੋਗੀ ਜਾਂਦਾ ਕਦੀ ਸਵਰਗ ਭੋਗੀ ਜਾਂਦਾ ਬੰਨਿਆ ਗਿਆ ਜਦੋਂ ਕਹਿ ਦਿੱਤਾ ਨਾ ਆਹ ਚੀਜ਼ ਮੇਰੀ ਸਮਝ ਲਓ ਉਸ ਚੀਜ਼ ਨੇ ਉਹਨੂੰ ਬੰਨ ਲਿਆ ਇਹ ਉਹਦਾ ਗੁਲਾਮ ਹੋ ਗਿਆ ਇਹ ਹੈ ਮੋਹ ਹੁਣ ਉਹ ਚੀਜ਼ ਹੋਏਗੀ ਤੇ ਮੈਂ ਜੀਵਾਂਗਾ ਉਹ ਚੀਜ਼ ਨਹੀਂ ਹੋਏਗੀ ਤੇ ਨਹੀਂ ਜੀਵਾਂਗਾ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਕੋਈ ਜੋਤਸ਼ੀ ਆਇਆ ਆਂਧੇ ਸਾਰਾ داخل ਦਰਬਾਰ ਵਿੱਚ ਹੁੰਦਿਆਂ ਸਾਰ ਕਹਿਣ ਲੱਗਾ ਇਹ ਬਾਦਸ਼ਾਹ ਮੈਂ ਕਿਸੇ ਦੀ ਵੀ ਮੌਤ ਦੀ ਭਵਿੱਖਬਾਣੀ ਕਰ ਸਕਦਾ ਤੇ ਅੱਜ ਖਾਸ ਤੌਰ ਤੇ ਚਲ ਕੇ ਆਇਆ ਜਿਹੜਾ ਆ ਤੇਰਾ ਪ੍ਰਧਾਨ ਮੰਤਰੀ ਤੇਰਾ ਵੱਡਾ ਵਜ਼ੀਰ ਹੈ ਕੱਲ ਨੂੰ ਇਹਦੀ ਮੌਤ ਹੋ ਜਾਏਗੀ ਮੈਂ ਦੱਸਣ ਆਇਆ ਖਬਰ ਕਰਨ ਆਇਆ ਰਾਜਾ ਹੱਸ ਪਿਆ ਕਹਿਣ ਲੱਗਾ ਇਸ ਤਰ੍ਹਾਂ ਵੀ ਕਦੀ ਹੁੰਦਾ ਹੈ ਕਿ ਮੋਦੀ ਨੂੰ ਖੁਆਣੀ ਵੀ ਕਰ ਸਕਦਾ ਹੈ ਉਹ ਉੱਚੀ ਕਹਿ ਲਗਾ ਵੀ ਦੇਖ ਲੈ ਮੈਂ ਤੇ ਕਿਸੇ ਦੀ ਵੀ ਮੋਦੀ ਨੂੰ ਖੁਆਣੀ ਕਰ ਸਕਦਾ ਇਸ ਕਰਕੇ ਉੱਚੇਚੇ ਤੌਰ ਤੇ ਦਸਨ ਆਇਆ ਵੀ ਕੱਲ ਨੂੰ ਤੇਰੇ ਇਸ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਣੀ ਹੈ ਨਹੀਂ ਯਕੀਨ ਮੈਂ ਰਾਤ ਇੱਥੇ ਦਰਬਾਰ ਚ ਹੀ ਰਵਾਂਗਾ ਕੱਲ ਤੱਕ ਪਤਾ ਲੱਗ ਜਾਏਗਾ ਜੀ ਮੈਂ ਝੂਠਾ ਆਇਆ ਮੈਨੂੰ ਜੇਲ੍ਹ ਚ ਸੁੱਟ ਦਿਓ ਅਗਲੀ ਸਵੇਰ ਹੋਈ ਉਸ ਰਾਜੇ ਦੇ ਦਰਬਾਰ ਚ ਖਬਰ ਆਈ ਕਿ ਉਸ ਵਜ਼ੀਰ ਦੀ ਮੌਤ ਹੋ ਗਈ ਹੈ ਕੁਦਮ ਹੱਕਾ ਬੱਕਾ ਹੋ ਗਿਆ ਹੈਰਾਨ ਹੋ ਗਿਆ ਜੋਤਸ਼ੀ ਫਿਰ ਦਰਬਾਰ ਚ ਆਇਆ ਕਿ ਲੰਗਾ ਦੇਖਿਆ ਮੇਰੀ ਭਵਿੱਖਬਾਣੀ ਸੱਚ ਹੋਈ ਰਾਜਾ ਆਪਣੇ ਆਪ ਨੂੰ ਤਸੱਲੀ ਦਿੰਦਾ ਤੇ ਜੋਤਸ਼ੀ ਨੂੰ ਆਖਦਾ ਨਹੀਂ ਨਹੀਂ ਇਤਫਾਕਨ ਉਹਦੀ ਮੌਤ ਹੋ ਗਈ ਹੋਣੀ ਕੋਈ ਇਨਸੀਡੈਂਸ ਇਸ ਤਰ੍ਹਾਂ ਵੀ ਕਦੀ ਹੋ ਸਕਦਾ ਹੈ ਇਦਾਂ ਕਦੀ ਨਹੀਂ ਹੁੰਦਾ ਕਿ ਤੂੰ ਮੌਤ ਦੀ ਭਵਿੱਖਬਾਣੀ ਕਰੇ ਤੇ ਦੂਸਰੀ ਦੀ ਮੌਤ ਹੋ ਜਾਏ ਇਤਫਾਕਨ ਉਹਦੀ ਮੌਤ ਹੋ ਗਈ ਇਹਦਾ ਮਤਲਬ ਇਹ ਨਹੀਂ ਤੇਰੀ ਭੁਵਿੱਖਬਾਣੀ ਸੱਚ ਹੋਈ ਹੈ ਇਹ ਕੋਇਨਸੀਡੈਂਸ ਹੋ ਗਿਆ ਉਹ ਜੋਤਸ਼ੀ ਕਹਿਣ ਲੱਗਾ ਜੇ ਇਹ ਗੱਲ ਹੈ ਹੈ ਬਾਦਸ਼ਾਹ ਸਲਾਮਤ ਮੈਂ ਫਿਰ ਤੇਰੀ ਮੌਦੀ ਦੀ ਭੁਵਿੱਖਬਾਣੀ ਵੀ ਕਰਦਾ ਉਹ ਰਾਜੇ ਕੁਤਮ ਬੋਲਿਆ ਕਹਿਣ ਲੱਗਾ ਨਹੀਂ ਮੇਰੀ ਮੌਦੀ ਦੀ ਭੁਵਿੱਖਬਾਣੀ ਕਰਨ ਦੀ ਲੋੜ ਨਹੀਂ ਉਹਨੇ ਸੈਨਿਕਾਂ ਨੂੰ ਕਿਹਾ ਇਹਨੂੰ ਫੜ ਕੇ ਜੇਲ੍ਹ ਚ ਸੁੱਟ ਦਿਓ ਇਸ ਤੋਂ ਪਹਿਲਾਂ ਮੇਰੀ ਮੌਦੀ ਦੀ ਭੁਵਿੱਖਬਾਣੀ ਕਰੇ ਇਹਨੂੰ ਜੇਲ੍ਹ ਚ ਸੁੱਟ ਦਿਓ ਸੈਨਿਕਾਂ ਦੇ ਕਦਮ ਫੜਿਆ ਜੋਤਸ਼ੀ ਨੂੰ ਖਿੱਚ ਕੇ ਤੂਕੇ ਦਰਬਾਰ ਚੋਂ ਬਾਹਰ ਲੈ ਤੁਰੇ ਬਾਹਰ ਨਿਕਲਦਿਆਂ ਨਿਕਲਦਿਆਂ ਉਸ ਜੋਤਸ਼ੀ ਨੇ ਮੌਤ ਦੀ ਭੁਵਿੱਖਬਾਣੀ ਕਰ ਦਿੱਤੀ हे ਰਾਜਨ ਮੈਂ ਤੇਰੀ ਮੌਤ ਦੀ ਭੁਵਿੱਖਬਾਣੀ ਕਰਦਾ ਜਿਸ ਦਿਨ ਮੇਰੀ ਮੌਤ ਹੋਏਗੀ ਮੇਰੀ ਮੌਤ ਤੋਂ ਠੀਕ ਤੀਜੇ ਦਿਨ ਤੇਰੀ ਮੌਤ ਹੋ ਜਾਏਗੀ ਰਾਜਾ ਸੈਨਿਕਾਂ ਨੂੰ ਆਖਦੇ ਹੁਣ ਇਹਨੂੰ ਛੱਡ ਦਿਓ ਜਿਹੜੀ ਗੱਲ ਹੋਣੀ ਸੀ ਹੋਈ ਗਈ ਹੁਣ ਕੁਝ ਨਹੀਂ ਹੋ ਸਕਦਾ ਹੁਣ ਇਸ ਤਰ੍ਹਾਂ ਕਰੋ ਇਹਨੂੰ ਸੋਹਣੇ ਮਹਿਲਾ ਚ ਰੱਖੋ ਵਧੀਆ ਸੰਤੁਲਿਤ ਭੋਜਨ ਦਿਓ ਵਧੀਆ ਆਹਾਰ ਦਿਓ ਇਹਨੂੰ ਸਰਦੀ ਗਰਮੀ ਤੋਂ ਬਚਾ ਕੇ ਰੱਖੋ ਇਹਨੂੰ ਛਿੱਕ ਵੀ ਨਾਵੇ ਜ਼ੁਕਾਮ ਵੀ ਨਾ ਲੱਗੇ ਤੰਦਰੁਸਤ ਰਹੇ ਇਹਨੂੰ ਰੋਜ਼ ਬਾਗ ਦੀ ਸੈਰ ਕਰਾਓ ਵਧੀਆ ਤਾਜ਼ੇ ਫਲ ਖਵਾਓ ਤਾਜ਼ੀਆਂ ਸਬਜ਼ੀਆਂ ਦਿਓ ਵਧੀਆ ਕੱਪੜੇ ਦਿਓ ਸਰਦੀ ਗਰਮੀ ਤੋਂ ਬਚਾਓ ਵਧੀਆ ਪਲੰਘ ਦਿਓ ਇਹਦੇ ਆਲੇ ਦਾਲੇ ਸਿਕਿਉਰਿਟੀ ਹੋਵੇ ਇਹਨੂੰ ਕੋਈ ਛੋਹ ਨਾ ਸਕੇ ਇਹਦੀ ਉਮਰ ਲੰਮੀ ਹੋਵੇ ਕਿਉਂਕਿ ਜਿੰਨਾ ਚਿਰ ਇਹ ਜੀਵੇਗਾ ਉੰਨਾ ਚਿਰ ਮੈਂ ਜੀਵਾਂਗਾ ਇਹ ਮਰਿਆ ਤੇ ਮੈਂ ਗਿਆ ਕਿਉਂਕਿ ਹੁਣ ਮੇਰੇ ਪ੍ਰਾਣ ਇਹਦੇ ਚ ਟਿਕ ਗਏ ਨੇ ਇਸ ਕਰਕੇ ਹੁਣ ਇਹਨੂੰ ਵਧੀਆ ਭੋਜਨ ਦੇਓ ਇਹਨੂੰ ਸਾਰੇ ਸੁੱਖ ਸੁਵਿਧਾਵਾਂ ਦੇਓ ਇਹ ਕਦੀ ਬਿਮਾਰ ਨਹੀਂ ਹੋਣਾ ਚਾਹੀਦਾ ਇਹ ਹਮੇਸ਼ਾ ਤੰਦਰੁਸਤ ਰਹੇ ਕਿਉਂਕਿ ਇਹ ਜਿਉਂਦਾ ਹੋਏਗਾ ਤੇ ਮੈਂ ਜਿਉਂਦਾ ਰਵਾਂਗਾ ਇਹ ਹੈ ਮੋਹ ਕਈ ਵਾਰੀ ਕੋਈ ਕਹਾਣੀ ਬਹੁਤ ਕੀਮਤੀ ਗੱਲ ਕਹੀ ਜਾਂਦੀ ਹੈ ਬਿਲਕੁਲ ਮਾਂ ਵੀ ਇਸੇ ਤਰ੍ਹਾਂ ਕਰਦੀ ਹੈ ਮੇਰੇ ਬੱਚੇ ਨੂੰ ਕੁਝ ਨਾ ਹੋਵੇ ਮੇਰਾ ਬੱਚਾ ਤੰਦਰੁਸਤ ਰਹੇ ਮੇਰਾ ਬੱਚਾ ਭੋਜਨ ਕਰੇ ਦੁੱਧ ਕਿਉਂ ਨਹੀਂ ਪੀਂਦਾ ਰੋਟੀ ਕਿਉਂ ਨਹੀਂ ਖਾਂਦਾ ਵੱਧਦਾ ਕਿਉਂ ਨਹੀਂ ਹੈ ਕਿਉਂਕਿ ਉਹਨੇ ਆਪਣੇ ਪ੍ਰਾਣ ਬੱਚੇ 'ਚ ਟਿਕਾ ਦਿੱਤੇ ਬੱਚਾ ਤੰਦਰੁਸਤ ਹੈ ਤੇ ਮਾਂ ਖੁਸ਼ ਹੈ ਬੱਚੇ ਨੂੰ ਕੁਝ ਹੋ ਗਿਆ ਤੇ ਮਾਂ ਦੁਖੀ ਹੈ ਇਹ ਹੈ ਮੋਹ ਹੁਣ ਮਾਂ ਦੀ ਜ਼ਿੰਦਗੀ ਬੱਚਾ ਜੀ ਰਿਹਾ ਹੈ ਔਰ ਮੋਹ ਸਤਿਮੁਛ ਬੜਾ ਮਿੱਠਾ ਹੈ ਤਾਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਬਚਨ ਕੀਤਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਜੋ ਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਨੇਤ ਪਰਮ ਪੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿੰਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਬਟੋਂ ਜਿੰਨ ਮੋਹ ਮਿੱਠਾ ਲਾਇਆ ਇਹ ਮੋਹ ਬੜਾ ਮਿੱਠਾ ਹੈ ਇਨਾ ਮਿੱਠਾ ਗਿੱਲੇ ਗੁੜ ਦੀ ਤਰ੍ਹਾਂ ਇੱਕ ਵਾਰ ਕੋਈ ਇਸ ਗਿੱਲੇ ਗੁੜ ਦੀ ਮਿਠਾਸ ਚਖ ਲਈ ਮੜ ਕੇ ਛੱਡਣ ਦਾ ਮਨ ਨਹੀਂ ਕਰਦਾ ਉਸ ਗਿੱਲੇ ਗੁੜ ਨੂੰ ਮੱਖੀ ਫੜੀ ਰੱਖਦੀ ਹੈ ਅਖੀਰ ਫਸ ਜਾਂਦੀ ਹੈ ਇਹ ਹੈ ਮੋਹ ਮਿੱਠਾ ਅਨੇਕ ਕਰਸਾ ਖਾਏ ਜੈਸੀ ਢੋਰ ਮੋਹ ਕੀ ਜਿਵਰੀ ਬੰਧਿਓ ਚੋਰ ਇਹ ਮੋਹ ਦੀ ਰਸੀ ਹੈ ਇੱਕ ਵਾਰ ਬੰਨ ਲੈਣਾ ਮੁੜ ਕੇ ਛੱਡਦੀ ਨਹੀਂ ਹੈ ਫਿਰ ਮਨੁੱਖ غلام ਹੋ ਜਾਂਦਾ ਹੈ ਜਿਸ ਚੀਜ਼ ਦਾ ਮੋਹ ਕੀਤਾ ਉਸ ਚੀਜ਼ ਨੇ ਨੂੰ ਫੜ ਲਿਆ ਜਿਹੜੀ ਚੀਜ਼ ਕਹਿ ਦਿੱਤਾ ਮੇਰੀ ਮੇਰੀ ਉਹ ਬੰਧਨ ਹੈ ਉਹ ਰਸੀ ਹੈ ਜਿਹੜੀ ਇਸ ਜੀਵਨ ਨੂੰ ਬੰਨ ਲੈਂਦੀ ਹੈ ਔਰ ਐਸਾ ਬੰਨ ਲੈਂਦੀ ਹੈ ਉਹ ਜੀਵਨ ਹੋਏਗਾ ਤੇ ਮੈਂ ਜੀਵਾਂਗਾ ਮੋਹ ਦਾ ਮਤਲਬ ਮੇਰੇ ਜੀਵਨ ਦਾ ਕੇਂਦਰ ਕੋਈ ਹੋ ਰਿਹਾ ਹੈ ਮੇਰੀ ਜ਼ਿੰਦਗੀ ਕੋਈ ਹੋਰ ਜੀ ਰਿਹਾ ਮੈਂ ਆਪਣੀ ਜ਼ਿੰਦਗੀ ਆਪ ਨਹੀਂ ਜੀ ਰਿਆ ਮੇਰੀ ਜ਼ਿੰਦਗੀ ਕੋਈ ਜੀਉਣ ਵਾਲਾ ਕੋਈ ਦੂਸਰਾ ਹੈ ਇਸੇ ਕਰਕੇ ਜਦੋਂ ਦੂਜੀ ਚੀਜ਼ ਵਿਛੜਦੀ ਹੈ ਉਦੋਂ ਇਹਦੀ ਜ਼ਿੰਦਗੀ ਦੁਖੀ ਹੋ ਜਾਂਦੀ ਹੈ ਮੋਹ ਵਿੱਚ ਜਦੋਂ ਕੋਈ ਚੀਜ਼ ਛੁੱਟਦੀ ਹੈ ਫਿਰ ਇਹ ਬਿਹਾਲ ਹੋ ਜਾਂਦਾ ਦੁਖੀ ਹੋ ਜਾਂਦਾ ਹੈ ਅੱਜ ਦੇ ਬਚਨ ਕਬ ਦਬ ਜਬ ਜਾਰੀ ਹੈ ਜਦੋਂ ਆਪਣਾ ਘਰ ਸੜ ਜਾਏ ਦਬ ਮੈਨੇ ਦਰਵ ਪਦਾਰਥ ਖਤਮ ਹੋ ਜਾਣ ਸੜ ਜਾਣ ਵਿਛੁਰਤ ਪ੍ਰੇਮ ਵਿਹਾਲ ਫਿਰ ਉਹਨਾਂ ਚੀਜ਼ਾਂ ਤੋਂ ਵਿਛੜ ਕੇ ਉਹਨਾਂ ਦੇ ਮੋਹ ਵਿੱਚ ਵਿਹਾਲ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਫਿਰ ਤੜਫਦਾ ਹੈ ਕਿ ਮੇਰਾ ਘਰ ਗਿਆ ਮੇਰੇ ਪਦਾਰਥ ਗਏ ਇਹ ਹੈ ਮੋਹ ਸਤਿਗੁਰੂ ਪਾਤਸ਼ਾਹ ਕਹਿੰਨ ਲੱਗੀ ਇਹ ਕੋਈ ਮੋਹ ਨਹੀਂ ਹੈ ਇਹ ਵਿਛੋੜਾ ਕੋਈ ਚੰਗਾ ਵਿਛੋੜਾ ਨਹੀਂ ਹੈ ਕਿ ਘਰ ਚਲਾ ਗਿਆ ਪਦਾਰਥ ਚਲੇ ਗਏ ਨਹੀਂ ਅਸਲੀ ਵਿਛੋੜਾ ਦੇਖਣਾ ਹੈ ਨਾ ਜੇ ਪ੍ਰਭੂ ਨਾਲ ਟੁੱਟਿਆ ਹੋਇਆ ਸਮਝ ਲਈ ਆਹ ਵੱਡਾ ਵਿਛੋੜਾ ਤੇਰੀ ਜ਼ਿੰਦਗੀ ਚ ਆਇਆ ਵੱਡਾ ਵਿਛੋੜਾ ਕਬ ਦਬ ਜਬ ਜਾਰੀ ਹੈ ਵਿਛ੍ਰਿਤ ਪ੍ਰੇਮ 비 ਹਾਲ ਘਰ ਸੜ ਜਾਏ ਪਦਾਰਥ ਚਲੇ ਜਾਣ ਮਨੁੱਖ ਉਹਨਾਂ ਚੀਜ਼ਾਂ ਤੋਂ ਵਿਛੜ ਕੇ ਮੋਹ ਦੇ ਵਿੱਚ ਬਿਹਾਲ ਹੋ ਜਾਂਦਾ ਹੈ ਤੜਫਦਾ ਹੈ ਮੁਸਨ ਮੁਸਨ ਮਨੇ ਹੈ ਆਤਮਿਕ ਤੌਰ ਤੇ ਲੁੱਟੇ ਹੋਏ ਜੀਵ ਤੱਬ ਹੀ ਮੁਸੀ ਹੈ ਸਮਝ ਲਈ ਤੂੰ ਉਦੋਂ ਲੁੱਟਿਆ ਗਿਆ ਜਦੋਂ ਰੱਬ ਤੇਰੇ ਤੋਂ ਵਿਛੜ ਜਾਏ ਕਰ ਵਿਛੜ ਜਾਏ ਕੋਈ ਨਹੀਂ ਲੁੱਟਿਆ ਗਿਆ ਪਦਾਰਥ ਵਿਛੜ ਕੇ ਕੋਈ ਨਹੀਂ ਲੁੱਟਿਆ ਗਿਆ ਹੋਰ ਆ ਜਾਣਗੇ ਪਰ ਜਿੱਦਣ ਰੱਬ ਤੈਨੂੰ ਭੁੱਲ ਜਾਏ ਮੂਸਨ ਤਬ ਹੀ ਮੁਸੀਏ ਬਿਸਰਤ purkh ਦਇਾਲ ਜਦੋਂ ਦਇਆ ਦਾ ਕਰ ਰੱਬ ਪ੍ਰਭੂ ਤੇਰੇ ਤੋਂ ਵਿਸਰ ਜਾਏ ਤੈਨੂੰ ਭੁੱਲ ਜਾਏ ਸਮਝ ਲਈ ਉਸ ਦਿਨ ਤੂੰ ਸੱਚਮੁੱਚ ਲੁੱਟਿਆ ਗਿਆ ਫਿਰ ਲੁੱਟਿਆ ਗਿਆ ਇਹਦੋਂ ਜਦੋਂ ਪ੍ਰਭੂ ਵਿਛੜ ਜਾਏ ਉਹਦਾ ਵਿਛੋੜਾ ਸਮਝ ਲਈ ਤੇਰੇ ਕੋਲ ਕੁਝ ਨਹੀਂ ਰਿਹਾ ਬਹਾਦਰ ਸ਼ਾ ਬੜੇ ਮਾਣ ਨਾਲ ਆਇਆ ਸੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇਹਨੇ ਸੋਚਿਆ ਵੀ ਗੁਰੂ ਕੇ ਸਿੱਖਾਂ ਨੇ ਮੇਰੀ ਮਦਦ ਕੀਤੀ ਮੇਰਾ ਰਾਜ ਬਚ ਗਿਆ ਯਾਦ ਰੱਖਿਓ ਦੁਨੀਆ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਉਦਾਹਰਨ ਕਦੀ ਨਹੀਂ ਮਿਲੇਗੀ ਔਰੰਗਜ਼ੇਬ ਨੇ ਗੁਰਗੋਬਿੰਦ ਸਿੰਘ ਦੇ ਸਹਬਜ਼ਾਦੇ ਨੂੰ ਸ਼ਹੀਦ ਕਰਾਇਆ ਤੇ ਗੁਰਗੋਬਿੰਦ ਸਿੰਘ ਔਰੰਗਜ਼ੇਬ ਦੇ ਪੁੱਤਰ ਨੂੰ ਗੱਦੀ ਤੇ ਬਿਠਾ ਲਏ ਨੇ ਬਹਾਦਰ ਸ਼ਾ ਨੂੰ ਕਿਉਂਕਿ ਇੱਥੇ ਗੱਲ ਪਿਓ ਪੁੱਤਰ ਦੀ ਨਹੀਂ ਸੀ ਕਿ ਇਹਦੇ ਪਿਓ ਨੇ ਮੇਰੇ ਬੱਚਿਆਂ ਨੂੰ ਖਤਮ ਕੀਤਾ ਮੈਂ ਇਹਦੇ ਪੁੱਤਰਾਂ ਨੂੰ ਖਤਮ ਕਰ ਦਿਆਂ ਨਹੀਂ ਗੱਲ ਅਸੂਲ ਦੀ ਸੀ ਉਹਦੇ ਪੁੱਤਰ ਨੇ ਕੀਤਾ ਹੀ ਕੁਛ ਨਹੀਂ ਉਹਦੇ ਨਾਲ ਕਾਦੀ ਦੁਸ਼ਮਣੀ ਦੁਸ਼ਮਣੀ ਹੋਏਗੀ ਔਰੰਗਜ਼ੇਬ ਨਾਲ ਹੋਏਗੀ ਗੁਰੂ ਤੇਤੈਵ ਜੀ ਤੇ ਵੈਸੇ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਪਰ ਜਦੋਂ ਬਹਾਦਰ ਸ਼ਾਹ ਗੱਦੀ ਤੇ ਬੈਠਾ ਸਿੱਖ ਫੌਜਾਂ ਨੇ ਸਾਥ ਦਿੱਤਾ ਸੀ ਬਹਾਦਰ ਸ਼ਾਹ ਦਾ ਤੱਕਤੇ ਬੈਠੇ ਨੇ ਸੋਚਿਆ ਵੀ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਦਾ ਉਹ ਚੀਜ਼ ਪੇਟਾ ਕਰਾਂ ਜਿਹੜੀ ਇਤਿਹਾਸ ਚ ਲਿਖੀ ਜਾਏ ਕੀਮਤੀ ਚੀਜ਼ ਪੇਟਾ ਕਰਾਂ ਸਿੱਖ ਕੀ ਪੇਟਾ ਕਰਦੇ ਹੋਣਗੇ ਮਾਇਆ ਪੇਟਾ ਕਰਦੇ ਨੇ ਰੇਸ਼ਮੀ ਕਪੜੇ ਸੋਨੇ ਚਾਂਦੀ ਦੇ ਮੋਹਰਾ ਇਹਨੇ ਆਪਣੇ ਖਜ਼ਾਨੇ ਚੋਂ ਇੱਕ ਬੇਸ਼ਕੀਮਤੀ ਹੀਰਾ ਕੱਢਿਆ ਲਿਖਿਆ ਜਾਏਗਾ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸਭ ਤੋਂ ਕੀਮਤੀ ਪੇਟਾ ਜੇ ਕਿਸੇ ਨੇ ਦਿੱਤੀ ਤੇ ਬਹਾਦਰ ਸ਼ਾਹ ਨੇ ਦਿੱਤੀ ਹੀਰਾ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ ਮੱਥਾ ਟੇਕਿਆ ਤੇ ਬੜੇ ਮਾਣ ਨਾਲ ਬੈਠ ਗਿਆ ਵੀ ਸਭ ਤੋਂ ਕੀਮਤੀ ਪੇਟਾ ਮੈਂ ਦਿੱਤੀ ਅੱਜ ਤੱਕ ਰੰ ਕਿੰਨੇ ਦਿੱਤਾ ਹੋਣਾ ਹੀਰਾ ਗੁਰੂ ਗੋਬਿੰਦ ਸਿੰਘ ਨੂੰ ਸਤਿਗੁਰੂ ਸਮਝ ਗਏ ਦੇ ਹੰਕਾਰ ਨੂੰ ਜਿੰਨੀ ਆਖੜ ਨਾਲ ਇਹਨੇ ਸਿਰ ਝੁਕਾਇਆ ਤੇ ਸਾਹਮਣੇ ਬੈਠਾ ਸਤਿਗੁਰੂ ਸਮਝ ਗਏ ਹੀਰਾ ਚੁੱਕਿਆ ਉਹਨੂੰ ਦੇਖਿਆ ਧਿਆਨ ਨਾਲ ਦੇਖ ਕੇ ਨਾਲ ਹੀ ਗੁਦਾਵਰੀ ਨਦੀ ਸੀ ਉਹਦੀ ਸੁੱਟ ਦਿੱਤਾ ਨਦੀ ਦੇ ਕਿਨਾਰੇ ਦੀਵਾਨ ਸਜਿਆ ਹੋਇਆ ਸੀ ਨਦੀ ਚ ਹੀਰਾ ਸੁੱਟਿਆ ਤਿੱਕੂਦਮ ਕਬਰਾ ਗਿਆ ਬਾਦਰ ਸ਼ਾ ਇਹ ਕੀ ਇਡਾ ਬੇਸ਼ਕੀਮਤੀ ਹੀਰਾ ਨਦੀ ਚ ਸੁੱਟ ਦਿੱਤਾ ਹੁਣ ਕਿਵੇਂ ਕਹੇ ਕਿ ਬੜਾ ਕੀਮਤੀ ਸੀ ਇਹਨੇ ਸੋਚਿਆ ਵੀ ਲੱਗਦਾ ਸਤਿਗੁਰੂ ਨੂੰ ਪਤਾ ਨਹੀਂ ਉਹਨਾਂ ਨੇ ਮਾਮੂਲੀ ਜਿਹਾ ਪੱਥਰ ਸਮਝ ਕੇ ਸੁੱਟ ਦਿੱਤਾ ਵੀ ਮਾਮੂਲੀ ਜਿਹਾ ਹੀਰਾ ਹੋਣਾ ਕੋਈ ਲੱਗਦਾ ਸਤਿਗੁਰੂ ਨੂੰ ਕੀਮਤ ਦਾ ਨਹੀਂ ਪਤਾ ਹੁਣ ਕਿਵੇਂ ਕਹਾਂ ਵੀ ਬੇਸ਼ਕੀਮਤੀ ਹੀਰਾ ਸੀ ਇਹ ਇਹਨੇ ਗੱਲ ਸ਼ੁਰੂ ਕੀਤੀ ਕਹਿੰ ਲੰਗਾ ਸਤਿਗੁਰੂ ਬੜੇ ਤਿਆਗੀ ਹੋ ਤੁਸੀਂ ਟਾੜਵਰ ਦਾ ਮਹਾਨ ਤਿਆਗੀ ਕਿਤੇ ਨਹੀਂ ਦੇਖਿਆ ਰਾਜ ਭਾਗ ਤਿਆਗ ਦਿੱਤਾ ਕਿਲੇ ਮਹਿਲ ਤਿਆਗ ਦਿੱਤੇ ਪਰਿਵਾਰ ਕੁਰਬਾਨ ਕਰਾ ਦਿੱਤਾ ਬੜੇ ਤਿਆਗੀ ਹਾਂ ਗੱਲ ਹੀਰੇ ਤੇ ਲੈਣੀ ਚਾਹੁੰਦਾ ਇਹ ਕਿ ਕਿੱਡੇ ਬੜੇ ਤਿਆਗੀ ਹਾਂ ਰਾਜ ਭਾਗ ਕੀਮਤੀ ਹਰ ਚੀਜ਼ ਤੁਸੀਂ ਤਿਆਗ ਦਿੱਤੀ ਇੰਨੀ ਅਜੇ ਗੱਲ ਕਹੀ ਸਤਿਗੁਰੂ ਹੱਸ ਕੇ ਕਹਿਣ ਲੱਗੇ ਉਹ ਬਹਾਦਰ ਸ਼ਾ ਤਿਆਗੀ ਹੋਏਗਾ ਤੂੰ ਅਸੀਂ ਕਿਉਂ ਤਿਆਗੀ ਅਸੀਂ ਤੇ ਭੁੱਗੀਆਂ ਹਰਾਨ ਹੋਇਆ ਕਹਿ ਲੰਗਾ ਹੈ ਸਤਿਗੁਰੂ ਕਿਹੋ ਜਿਹਾ ਬਚਨ ਕਰ ਰਹੇ ਹੋ ਅਸੀਂ ਸੰਸਾਰੀ ਭੋਗੀ ਜੀਵ ਤੁਸੀਂ ਮਹਾਨ ਤਿਆਗੀ ਸਤਿਗੁਰੂ ਕਹਿੰਨ ਲਗੇ ਤਿਆਗੀ ਹੋਏਗਾ ਤੂੰ ਅਸੀਂ ਕਿਉਂ ਤਿਆਗੀ ਹਨ ਲੰਗਾ ਪਾਤਸ਼ਾਹ ਮੈਂ ਕਿਵੇਂ ਤਿਆਗੀ ਅਸੀਂ ਤੇ ਭੋਗੀ ਜੀਵ ਹ ਤੁਸੀਂ ਮਹਾਨ ਤਿਆਗੀ ਹੋ ਸਤਿਗੁਰੂ ਪਾਤਸ਼ਾਹ ਕਹਿੰਨ ਲਗੇ ਤੂੰ ਕਿਦਨ ਦਾ ਭੋਗੀ ਬਣ ਗਿਆ ਤਿਆਗੀ ਹੋਏਗਾ ਤੂੰ ਅਸੀਂ ਭੋਗੀ ਆ ਤਿਆਗੀ ਤੇ ਤੂੰ ਹੈ ਖੰ ਲੰਗਾ ਸਮਝਾ ਨਹੀਂ ਸਤਿਗੁਰੂ ਸਤਿਗੁਰੂ ਪਾਤਸ਼ਾਹ ਖਦੇ ਨੇ ਬਹਾਦਰ ਸ਼ਾਹ ਜਿਹੜਾ ਰੱਬ ਨੂੰ ਹੀ ਤਿਆਗੀ ਬੈਠਾ ਹੈ ਓਦੋਂ ਵੱਡਾ ਤਿਆਗੀ ਕਿਹੜਾ ਹੋ ਸਕਦਾ ਹੈ ਤੂੰ ਤੇ ਤਿੰਨਾਂ ਲੋਕਾਂ ਦੇ ਪਾਤਸ਼ਾਹ ਨੂੰ ਹੀ ਤਿਆਗੀ ਬੈਠਾ ਹੈ ਉਸ ਪ੍ਰਭੂ ਨੂੰ ਜਿਹੜਾ ਰੱਬ ਨੂੰ ਤਿਆਗ ਲਵੇ ਓਦੋਂ ਵੱਡਾ ਤਿਆਗੀ ਕੋਈ ਨਹੀਂ ਅਸੀਂ ਰੱਬ ਨੂੰ ਮਾਣਿਆ ਹੈ ਰੱਬ ਨੂੰ ਮਾਣਨ ਵਰਗਾ ਭੋਗੀ ਕੋਈ ਨਹੀਂ ਹੈ ਅਸੀਂ ਪ੍ਰਭੂ ਨੂੰ ਮਾਣਿਆ ਹੈ ਅਸੀਂ ਤਿਆਗੀ ਨਹੀਂ ਅਸੀਂ ਪ੍ਰਭੂ ਨੂੰ ਮਾਣਿਆ ਤੂੰ ਰੱਬ ਨੂੰ ਤਿਆਗੀ ਬੈਠਾ ਹੈ ਜਿਹੜਾ ਰੱਬ ਨੂੰ ਹੀ ਤਿਆਗ ਦੇ ਓਦੋਂ ਵੱਡਾ ਤਿਆਗੀ ਕੋਈ ਨਹੀਂ ਹੁੰਦਾ ਵਿਛੋੜਾ ਇਹ ਨਹੀਂ ਲੁੱਟ ਜਾਣਾ ਇਹ ਨਹੀਂ ਕੁਛ ਗਵਾਚ ਜਾਣਾ ਇਹ ਨਹੀਂ ਕਿ ਘਰ ਸੜ ਗਿਆ ਪਦਾਰਥ ਚਲੇ ਗਏ ਅਸਲੀ ਮਨੁੱਖ ਉਦੋਂ ਲੁੱਟਿਆ ਜਾਂਦਾ ਜਦੋਂ ਰੱਬ ਵਿਸਰ ਜਾਏ ਅਸਲੀ ਘਾਟਾ ਉਦੋਂ ਪੈਂਦਾ ਜਦੋਂ ਪ੍ਰਭੂ ਭੁੱਲ ਜਾਏ ਵਿਛੋੜਾ ਇਹ ਨਹੀਂ ਕਿ ਕਬ ਦਬ ਜਬ ਜਾ ਰਹੀ ਹੈ ਕਿ ਘਰ ਸੜ ਗਿਆ ਪਦਾਰਥ ਸੜ ਗਏ ਵਿਛੁਰਤ ਪ੍ਰੇਮ ਵਿਹਾਲ ਫਿਰ ਵਿਛੋੜੇ ਦੇ ਵਿੱਚ ਇਹ ਵਿਹਾਲ ਹੋ ਕੇ ਰੁੰਦਾ ਫਿਰਦਾ ਹੈ ਨਹੀਂ ਉਦੋਂ ਅਸਲੀ ਵਿਛੋੜਾ ਮੁਸਨ ਤਬਹੀ ਮੁਸੀ ਹੈ ਇਹ ਆਤਮਿਕ ਤੌਰ ਤੇ ਲੁੱਟੇ ਹੋਏ ਜੀਵ ਅਸਲੀ ਉਦੋਂ ਤੋਂ ਲੁੱਟਿਆ ਗਿਆ ਉਦੋਂ ਤੋਂ ਠੱਗਿਆ ਗਿਆ ਬਿਸਰਤ ਪੁਰਖ ਦੇ ਹਾਲ ਜਦੋਂ ਤੂੰ ਰੱਬ ਭੁੱਲ ਗਿਆ ਸਮਝ ਲਈ ਉਦੋਂ ਅਸਲ ਵਿੱਚ ਤੂੰ ਲੁੱਟਿਆ ਗਿਆ ਘਰ ਚਲੇ ਜਾਣਾ ਪਦਾਰਥ ਚਰੇ ਜਾਣੇ ਇਹ ਕੋਈ ਵਿਛੋੜਾ ਨਹੀਂ ਪਦਾਰਥਾਂ ਦਾ ਇਹ ਕੋਈ ਲੁੱਟ ਨਹੀਂ ਕਿ ਲੁੱਟਿਆ ਗਿਆ ਕਿਸੇ ਜੋਗਾ ਨਹੀਂ ਰਿਹਾ ਅਜ ਦਿਨ ਰੱਬ ਤੈਨੂੰ ਭੁੱਲ ਗਿਆ ਸਮਝ ਲਈ ਸੱਚਮੁੱਚ ਤੂੰ ਲੁੱਟਿਆ ਗਿਆ ਇਹ ਹੈ ਅਸਲੀ ਲੁੱਟੇ ਜਾਣਾ ਠੱਗੇ ਜਾਣਾ ਮੂਸਨ ਤਬ ਹੀ ਮੂਸੀ ਹੈ ਉਦੋਂ ਹੀ ਤੂੰ ਸਮਝੀ ਲੁੱਟਿਆ ਗਿਆ ਉਦੋਂ ਠੱਗੇਆ ਗਿਆ ਬਿਸਰਤ ਪੁਰਖ ਦਇਾਲ ਜਦੋਂ ਉਹ ਦਇਆ ਦਾ ਕਰ ਕਣਕਣ ਵਿੱਚ ਰਹਿ ਵਿਆ ਪੁਰਖ ਪ੍ਰਭੂ ਤੂੰ ਭੁੱਲ ਜਾਂਦਾ ਹੈ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਕ ਤੂੰ ਜਾਹੇ ਹਾਂ ਜੀ ਦੀ ਜ਼ਿੰਦਗੀ ਦਾ ਨਿਸ਼ਾਨਾ ਹੈ ਪ੍ਰਭੂ ਦਾ ਪ੍ਰੇਮ ਸਵਾਉ ਮਨੇ ਸਵਾਰਥ ਇਹ ਲਫ਼ਜ਼ ਬਾਬਾ ਫਰੀਦ ਜੀ ਨੇ ਵੀ ਵਰਤਿਆ ਸੀ ਫਰੀਦਾ ਸਬਰ ਇਹ ਸਵਾਉ ਸਬਰ ਤੇਰੀ ਜ਼ਿੰਦਗੀ ਦਾ ਸਵਾਰਥ ਹੋਵੇ ਨਿਸ਼ਾਨਾ ਹੋਵੇ ਏਮ ਹੋਵੇ ਟਾਰਗੇਟ ਹੋਵੇ ਜੇ ਤੂੰ ਬੰਦਾ ਦਿੜ ਕਰੇ ਜੇ ਸਬਰ ਨੂੰ ਦਿੜ ਕਰ ਲੇ ਸਵਾਉ ਮਨੇ ਸਵਾਰਥ ਇਹ ਲਫ਼ਜ਼ ਪੰਚਮ ਪਾਤਸ਼ਾਹ ਜੀ ਨੇ ਵਰਤੇ ਆ ਜਾਕੋ ਪ੍ਰੇਮ ਸਵਾਉ ਹੈ ਜਿਹਦੀ ਜ਼ਿੰਦਗੀ ਦਾ ਸਵਾਰਥ ਪ੍ਰੇਮ ਹੈ ਜਿਹਦੀ ਜ਼ਿੰਦਗੀ ਦਾ ਨਿਸ਼ਾਨਾ ਪ੍ਰੇਮ ਹੈ ਸਵਾਉ ਸਵਾਰਥ ਸਵਾਰਥ ਬੁਰਾ ਲਫ਼ਜ਼ ਨਹੀਂ ਹੈ ਸਵਾਰਥੀ ਹੋਣਾ ਮਾੜਾ ਨਹੀਂ ਹੈ ਇਹ ਦੋ ਲਫ਼ਜ਼ਾਂ ਨੂੰ ਮਿਲਾ ਕੇ ਬਣਿਆ ਸਵੈ ਪਲੱਸ ਅਰਥ ਆਪਣੇ ਲਈ ਜਿਹੜਾ ਆਪਣੇ ਲਈ ਨਹੀਂ ਸੋਚ ਸਕਦਾ ਦੂਜੇ ਲਈ ਵੀ ਨਹੀਂ ਸੋਚ ਸਕਦਾ ਜਿਹੜਾ ਆਪਣਾ ਭਲਾ ਨਹੀਂ ਸੋਚ ਸਕਦਾ ਦੂਜੇ ਦਾ ਵੀ ਨਹੀਂ ਸੋਚ ਸਕਦਾ ਪਹਿਲਾਂ ਸਵੈ ਬਾਰੇ ਸੋਚ ਦੂਜੇ ਦਾ ਭਲਾ ਬਾਅਦ ਚੁੱਕਰੀ ਭਲਾ ਆਪਣਾ ਤੇ ਕਰ ਲੈ ਫਰੀਦਾ ਆਪ ਸਵਾਰੇ ਮੈਮਲੇ ਪਹਿਲਾਂ ਆਪੇ ਨੂੰ ਸਵਾਰ ਲੈ ਸਵਾਰਥੀ ਹੋਣਾ ਮਾੜਾ ਨਹੀਂ ਹਾਂ ਦੂਜੇ ਨੂੰ ਨੀਵਾ ਦਿਖਾ ਕੇ ਆਪ ਉੱਚਾ ਹੋਵੇਂ ਦੂਜੇ ਨੂੰ ਲੁੱਟ ਕੇ ਆਪਣਾ ਘਰ ਭਰੇ ਫਿਰ ਸਵਾਰਥੀ ਹੋਣਾ ਬੁਰਾ ਪਰ ਸਵੈ ਅਰਥ ਆਪਣੇ ਲਈ ਪਹਿਲਾਂ ਸੋਚਣਾ ਇਹ ਕੋਈ ਬੁਰਾ ਨਹੀਂ ਚੰਗਾ ਕੰਮ ਹੈ ਚੈਰਿਟੀ ਆਪਣੇ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਸਵਭ ਮੈਨੇ ਸਵਾਰਥ ਤੇਰੀ ਜ਼ਿੰਦਗੀ ਦਾ ਆਹੀ ਇੱਕ ਸਵਾਰਥ ਹੋਵੇ ਪ੍ਰੇਮ ਕਿ ਮੈਨੂੰ ਪ੍ਰਭੂ ਦਾ ਪ੍ਰੇਮ ਮਿਲ ਜਾਏ ਆਪਣੇ ਲਈ ਵੀ ਕੋਈ ਚੀਜ਼ ਮੰਗ ਲਿਆ ਕਰ ਤੇਰਾ ਵੀ ਇੱਕ ਸਵਾਰਥ ਹੋਵੇ ਮੈਨੂੰ ਪ੍ਰਭੂ ਦਾ ਪ੍ਰੇਮ ਮਿਲ ਜਾਏ ਆਹ ਜ਼ਿੰਦਗੀ ਦਾ ਨਿਸ਼ਾਨਾ ਹੋਵੇ ਜਾਕੋ ਪ੍ਰੇਮ ਸਵਾਉ ਹੈ ਜਿਹਦਾ ਜ਼ਿੰਦਗੀ ਦਾ ਨਿਸ਼ਾਨਾ ਸਵਾਰਥ ਕੇਵਲ ਪ੍ਰਭੂ ਦਾ ਪ੍ਰੇਮ ਬਣ ਗਿਆ ਚਰਨ ਚਿਤਵ ਮਨ ਮਾਹੀਂ ਜਿਨੇ ਪ੍ਰਭੂ ਦੇ ਚਰਨਾਂ ਨੂੰ ਮਨ ਵਿੱਚ ਚਿਤਵ ਲਿਆ ਚੇਤੇ ਕਰ ਲਿਆ ਨਾਨਕ ਬਿਰਹੀ ਬ੍ਰਹਮ ਕੇ ਇਹ ਨਾਨਕ ਉਹ ਹੈ ਪ੍ਰਭੂ ਦਾ ਬਿਰਹੀ ਪ੍ਰਭੂ ਦੇ ਮਿਲਾਪ ਦੀ ਤਾਂਗ ਰੱਖਣ ਵਾਲਾ ਜਿਹੜਾ ਮਿਲਣ ਦਾ ਚਾਹਵਨ ਉਹ ਹੈ ਬਿਰਹੀ ਤੇ ਜਿਹੜਾ ਇੱਕ ਵਾਰ ਬਿਰਹੀ ਬਣ ਜਾਏ ਤੇ ਭਗਤ ਕਬੀਰ ਜੀ ਦੇ ਬਚਨ ਬਿਰਹਾ ਜਿਹੜਾ ਨਾ ਇਹ ਫਲ ਹੈ ਸਮਝੋ ਜਿਵੇਂ ਰੁੱਖ ਨੂੰ ਫਲ ਲੱਗ ਗਿਆ ਜਿੱਦਣ ਬਿਰਾਗ ਆ ਗਿਆ ਸਮਝ ਲਓ ਫਲ ਲੱਗ ਗਿਆ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬਿਰਾਗ ਫਲ ਬਿਰਾਗੇ ਤੇ ਜਦੋਂ ਟਾਣੇ ਨੂੰ ਫਲ ਲੱਗ ਜਾਏ ਤੇ ਇਹਦਾ ਮਤਲਬ ਨਹੀਂ ਫਲ ਲੱਗਿਆ ਤੇ ਤੋੜ ਕੇ ਖਾ ਲਿਆ ਹੌਨ ਪਕਦੇ ਦਾ ਸਮਾਂ ਲੱਗਦਾ ਹੈ ਉਹਦੇ ਚ ਮਠਾਸ ਆਉਂਦਿਆਂ ਸਮਾਂ ਲੱਗਦਾ ਜਿੱਦਣ ਬਰਾਗ ਦਾ ਫਲ ਲੱਗ ਗਿਆ ਫਿਰ ਉਡੀਕਣਾ ਪਏਗਾ ਕਿ ਕਦੋਂ ਉਹ ਸਮਾਂ ਆਏ ਜਦੋਂ ਉਹਦੇ ਮਿਲਾਪ ਦਾ ਰਸ ਆ ਜਾਏ ਜ਼ਿੰਦਗੀ ਚ ਫਲ ਤੇ ਲੱਗੇ ਨਾਨਕ ਬਿਰਹੀ ਬ੍ਰਹਮ ਕੇ ਉਹ ਪ੍ਰਭੂ ਦਾ ਬਿਰਹੀ ਹੈ ਪ੍ਰਭੂ ਦੇ ਮਿਲਾਪ ਦੀ ਤਾਗ ਰੱਖਣ ਵਾਲਾ ਹੈ ਆਨ ਨਕਤੂ ਜਾਹੇ ਉਹ ਫਿਰ ਹੋਰ ਪਾਸੇ ਕਿਤੇ ਜਾਂਦਾ ਹੀ ਨਹੀਂ ਹੋਰ ਪਾਸੇ ਕਿਥੇ ਜਿਹੜਾ ਅਸੀਂ ਪਿਛੇ ਪਹਿਲੇ ਪਦਿਆਂ ਦੇ ਵਿੱਚ ਅਸੀਂ ਸਰਬੰਧ ਕਰਕੇ ਗਏ ਆ ਜਪ ਤਪ ਸੰਜਮ ਬ੍ਰਹਮਚਾਰੀ ਹੋਣਾ ਜੰਗਲ ਪਹਾੜ ੜਕਣਾ ਕਰਮ ਕਾਂਡ ਕਰਨੇ ਉਹ ਫਿਰ ਕਰਮ ਕਾਂਡਾਂ ਵੱਲ ਨਹੀਂ ਭਜਦਾ ਉਹ ਫਿਰ ਸੰਸਾਰ ਪਹਾੜ ਨਹੀਂ ੜਕਦਾ ਫਿਰਦਾ ਉਹ ਤੇ ਕੇਵਲ ਪ੍ਰੇਮ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਰੱਬੀ ਪ੍ਰੇਮ ਤੋਂ ਬਿਨਾ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ ਨਾਨਕ ਬਿਰਹੀ ਬ੍ਰह्म ਕੇ ਆਨ ਨਕਤ ਹੁੰ ਜਾਏ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਹਦਾ ਨਿਸ਼ਾਨਾ ਕੇਵਲ ਪ੍ਰੇਮ ਹੈ ਕੇਵਲ ਚਰਨ ਚ ਤੋ ਮਨ ਮਾਹੇ ਉਹਦੇ ਚਰਨਾਂ ਨੂੰ ਚਿਤਵਦਾ ਹੈ ਆਖਰੇ ਦਾ ਗਰੀਬ ਕਾਹੀ ਕਾਹ ਦੀ ਪੰਡ ਲੈ ਕੇ ਭੁਲੇਖੇ ਨਾਲ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਚ ਚਲਾ ਗਿਆ ਜਾ ਕੇ ਕਾਹ ਦੀ ਪੰਡ ਰੱਖੀ ਮੱਥਾ ਟੇਕਿਆ ਹੱਥ ਜੋੜ ਕੇ ਆਖਦਾ ਹੈ हे ਪਾਤਸ਼ਾਹ ਕਿਰਪਾ ਕਰੋ ਸਿੱਖੀ ਦੀ ਦਾਤ ਦਿਓ ਅੰਦਰ ਦੀ ਸ਼ਾਂਤੀ ਦਿਓ ਜੰਗੀਰ ਬਾਦਸ਼ਾਹ ਸਮਝ ਗਿਆ ਕਿ ਗੁਰੂ ਨਾਨਕ ਦਾ ਸਿੱਖ ਹੈ ਤੇ ਭੁਲਿਖੇ ਨਾਲ ਇੱਧਰ ਆ ਗਿਆ ਬਾਦਸ਼ਾਹ ਕਹਿਣ ਲੱਗਾ ਏ ਸਿੱਖਾ ਮੰਗ ਕੀ ਮੰਗਦਾ ਏ ਤਨ ਦੌਲਤ ਤੇਰੀ ਝੋਲੀ ਪੜਦੇ ਆ ਸੋਨੇ ਦੀਆਂ ਮੋਹਰਾਂ ਤੇਰੀ ਝੋਲੀ ਪੜਦੇ ਆ ਦੱਸ ਕਿੰਨੇ ਪਿੰਡਾਂ ਦੀ ਤੈਨੂੰ ਜ਼ਗੀਰ ਚਾਹੀਦੀ ਤੇਰੇ ਨਾਂ ਲਿਖਦੇ ਆ ਮੰਗ ਕੀ ਮੰਗਦਾ ਏ ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ ਬਸ ਨਾਮ ਦੀ ਦਾਤ ਦੇ ਦਿਓ ਕੁਛ ਨਹੀਂ ਚਾਹੀਦਾ ਅੰਤਾਂ ਦਾ ਗਰੀਬ ਏ ਸਿੱਖਾ ਕਿੰਨ ਲੱਗਾ बस ਅੰਦਰ ਦੀ ਸ਼ਾਂਤੀ ਚਾਹੀਦੀ ਹੁਰ ਕੁਛ ਨਹੀਂ ਚਾਹੀਦਾ ਆਖਰ ਜਹਾਂਗੀਰ ਨੂੰ ਕਹਿਣਾ ਪਿਆ ਉਹ ਸਿੱਖਾ ਤੂੰ ਪਿਖੇ ਨਾਲ ਇੱਧਰ ਆ ਗਏ ਨਾ ਦਿੱਲੀ ਦਾ ਬਾਦਸ਼ਾਹਾਂ ਦਿੱਲੀ ਦਾ ਤਖਤ ਤੇ ਖੁਦ ਅੰਦਰੋਂ ਖੋਖਲੇ ਉਹਨੇ ਤੈਨੂੰ ਕੀ ਸ਼ਾਂਤੀ ਦੇਣੀ ਹੈ ਸ਼ਾਂਤੀ ਤੇ ਗੁਰੂ ਨਾਨਕ ਦੇ ਘਰ ਵਸਦੀ ਹੈ ਮੈਂ ਤੈਨੂੰ ਦੁਨਿਆਵੀ ਧਨ ਦੌਲਤ ਪਦਾਰਥ ਦੇ ਸਕਦਾ ਅੰਦਰ ਦੀ ਸ਼ਾਂਤੀ ਨਹੀਂ ਦੇ ਸਕਦਾ ਮੰਗ ਕੀ ਮੰਗਦਾ ਤੇਰੀ ਝੋਲੀ ਭਰ ਦੇਆ ਤੁਦੈਨੀ ਗੱਲ ਕਿ ਉਹ ਸਿੱਖ ਹੈਰਾਨ ਹੋ ਗਿਆ ਕਹ ਲਗੋ ਬਾਦਸ਼ਾ ਮੈਨੂੰ ਮਾਫ ਕਰੀ ਭੁਲਿਖੇ ਨਾਲ ਤੇਰੇ ਦਰਬਾਰ ਚ ਆ ਗਿਆ ਮੈਂ ਤੇ ਆਪਣੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਾਣਾ ਸੀ ਭੁਲਿਖੇ ਨਾਲ ਤੈਨੂੰ ਮੱਥਾ ਟੇਕ ਬੈਠਾ ਮੈਂ ਆਪਣੇ ਪਾਤਸ਼ਾਹ ਦੇ ਕੋਲੋਂ ਨਾਮ ਦੀ ਦਾਤ ਮੰਗਣ ਜਾਣਾ ਮੈਨੂੰ ਪਦਾਰਥ ਨਹੀਂ ਚਾਹੀਦੇ ਇੰਨੀ ਗੱਲ ਕਹੀ ਜਦੋਂ ਕਾਹ ਦੀ ਪੰਡ ਚੁੱਕਣ ਲੱਗਿਆ ਕਿੰਨੀ ਜ਼ੁਰਤ ਭਰੀ ਹੋएगी ਸਤਿਗੁਰੂ ਪਾਤਸ਼ਾਹ ਨੇ ਸਿਖਾਜੀ ਕਿ ਸਮੇਂ ਦੇ ਬਾਦਸ਼ਾਹ ਦੇ ਅੱਗੇ ਕਾਹ ਦੀ ਪੰਡ ਰੱਖਣ ਵਾਲਾ ਇੱਕ ਗਰੀਬ ਜਿਹਾ ਕਾਹੀ ਸਿੱਖ ਜੁਰਤ ਨਾਲ ਕਹਾਦੀ ਪੰਡ ਚੁੱਕਣ ਲੱਗਿਆ ਬਾਦਸ਼ਾਹ ਨੇ ਬੰਨ ਫੜ ਲਿਆ ਉਸੇਖਾ ਤੈਨੂੰ ਪਤਾ ਹੈ ਜਿਹੜੀ ਪੇਟਾ ਇੱਕ ਵਾਰ ਰੱਖ ਦਿੱਤੀ ਜਾਏ ਮੁੜ ਕੇ ਚੁੱਕੀ ਨਹੀਂ ਜਾਂਦੀ ਮੇਰੇ ਕਰਮਚਾਰੀ ਨੌਕਰ ਕੀ ਸੋਚਣਗੇ ਮੇਰੀ ਨੱਕ ਕੱਟੀ ਜਾਏਗੀ ਕਿ ਕੋਈ ਬਾਦਸ਼ਾਹ ਕੇ ਪੇਟਾ ਰੱਖ ਕੇ ਚੁੱਕੀ ਵੀ ਲੈ ਗਿਆ ਮੇਰੀ ਕੀ ਇੱਜ਼ਤ ਰਹਿ ਜਾਏਗੀ ਉਸੇਖਾ ਖਦੇ ਬਾਦਸ਼ਾਹ ਮੇਰੇ ਕੋਲ ਤੇ ਹੋਰ ਪੇਟਾ ਵੀ ਕੋਈ ਨਹੀਂ ਮੈਂ ਸਤਿਗੁਰੂ ਅਗੇ ਕੀ ਪੇਟਾ ਕਰਾਂਗਾ ਮੈਂ ਤੇ ਬਹੁਤ ਗਰੀਬ ਆ ਬਾਦਸ਼ਾਹ ਕਨੰਗਾ ਤੂੰ ਮੇਰੇ ਤੋਂ ਰੁਪਏ ਲੈ ਮੇਰੇ ਕੋਲੋਂ ਦੰਬੜੇ ਲੈ ਮੇਰੇ ਕੋਲੋਂ ਸੋਨੇ ਚਾਂਦੀ ਦਾ ਮੋਹਰਾ ਲੈ ਮੈਂ ਤੈਨੂੰ ਥਾਲ ਪਰ ਕੀ ਹੀਰਿਆਂ ਦਾ ਦਿਨਾ ਉਹ ਸਤਗੁਰੂ ਨੂੰ ਭੇਟਾ ਕਰ ਦੇਈ ਪਰ ਜਿਹੜੀ ਭੇਟਾ ਮੇਰੇ ਕਦਮਾਂ 'ਚ ਰੱਖ ਦਿੱਤੀ ਇਹ ਨਹੀਂ ਚੁੱਕ ਸਕਦਾ ਤੂੰ ਮੇਰੀ ਇੱਜ਼ਤ ਨਹੀਂ ਰਹੇਗੀ ਉਹ ਸਿੱਖ ਬੜਾ ਸਿਆਣਾ ਸੀ ਕਲੰਗਾ ਬਾਦਸ਼ਾਹ ਮੇਰੇ ਇੱਕ ਸਵਾਲ ਦਾ ਜਵਾਬ ਦੇ ਕਦੀ ਅਸੀਂ ਵੀ ਬੜੇ ਅਮੀਰ ਹੁੰਦੇ ਸੀ ਸਾਡੇ ਦਾਦੇ-ਪਰਦਾਦੇ ਸਾਡੇ ਬੜੇ ਅਮੀਰ ਹੁੰਦੇ ਸੀ ਜਦੋਂ ਲੋਧਿਆ ਦਾ ਰਾਜ ਸੀ ਉਸੀ ਬੜੇ ਅਮੀਰ ਸੀ ਉਸ ਤੋਂ ਬਾਅਦ ਮੁਗਲਾਂ ਨੇ ਹਮਲਾ ਕਰ ਦਿੱਤਾ ਉਹਨਾਂ ਦੇਸ਼ ਤੇ ਕਬਜ਼ਾ ਕਰ ਲਿਆ ਲੋਧਿਆ ਦੇ ਸਿੱਕੇ ਮਿੱਟੀ ਹੋ ਗਏ ਮੁਗਲਾਂ ਦੇ ਸਿੱਕੇ ਚੱਲ ਪਏ ਸਾਡੇ ਘਰ ਲੋਧਿਆ ਦੇ ਸਿੱਕਿਆਂ ਦਾ ਢੇਰ ਲੱਗਿਆ ਪਿਆ ਕਿ ਤੇਰੇ ਰਾਜ ਵਿੱਚ ਲੋਧੀ ਰਾਜਾਂ ਦੇ ਸਿੱਕੇ ਚੱਲ ਜਾਣਗੇ ਕਹਿੰਦਾ ਉਹ ਸਿੱਖਾ ਇੱਕਦਾਂ ਹੋ ਸਕਦਾ ਹੈ ਨਾਸ਼ਮਨ ਰਾਜੇ ਮਰ ਖੱਪ ਕੇ ਮਰਿਆਂ ਦੇ ਸਿੱਕੇ ਜਿਉਂਦਿਆਂ ਦੇ ਰਾਜ ਚ ਨਹੀਂ ਚੱਲਦੇ ਹੁੰਦੇ ਤੁਲੋਧੀਆਂ ਨੂੰ ਛੱਡ ਮੇਰਾ ਪਿਓ ਮਰ ਗਿਆ ਉਹਦੇ ਨਾਂ ਦਾ ਸਿੱਕਾ ਵੀ ਮੇਰੇ ਰਾਜ 'ਚ ਨਹੀਂ ਚੱਲ ਸਕਦਾ ਉਹ ਨਾਸ਼ਵਾਨ ਸੀ ਨਾਸ਼ ਹੋ ਗਏ ਨੇ ਹੁਣ ਮੇਰੇ ਨਾਂ ਦਾ ਹੀ ਸਿੱਕਾ ਮੇਰੇ ਰਾਜ 'ਚ ਚੱਲੇਗਾ ਉਹ ਸਿੱਕ ਕਹਿਣ ਲੱਗਾ ਬਾਦਸ਼ਾਹ ਤੂੰ ਸਿਆਣਾ ਬੜਾ ਤੈਨੂੰ ਸਮਝਾਣਾ ਸੌਖੇ ਜੇ ਇੱਕ ਨਾਸ਼ਵਾਨ ਇੱਕ ਫਾਨੀ ਰਾਜੇ ਦੇ ਸਿੱਕੇ ਦੂਜੇ ਨਾਸ਼ਵਾਨ ਰਾਜੇ ਦੇ ਰਾਜ ਵਿੱਚ ਨਹੀਂ ਚੱਲ ਸਕਦੇ ਫਿਰ ਇੱਕ ਨਾਸ਼ਵਾਨ ਰਾਜੇ ਦੇ ਸਿੱਕੇ ਮੇਰੇ ਸੱਚੇ ਪਾਤਸ਼ਾਹ ਦੇ ਰਾਜ ਵਿੱਚ ਕੀ ਚੱਲਣਗੇ ਜਿਹੜੀ ਪ੍ਰੇਮ ਦੀ ਪੇਟਾ ਘਾ ਦੀ ਪੰਡ ਨੇ ਕੰਮ ਕਰ ਜਾਣਾ ਨਾ ਉਥੇ ਉਹ ਤੇਰੇ ਸੋਨੇ ਚਾਂਦੀ ਦੀਆਂ ਮੋਹਰਾਂ ਨੇ ਕੰਮ ਨਹੀਂ ਕਰਨਾ ਇੱਕ ਨਾਸ਼ਵਨ ਰਾਜੇ ਦੇ ਸਿੱਕੇ ਦੂਜੇ ਨਾਸ਼ਵਨ ਰਾਜੇ ਦੇ ਰਾਜ ਵਿੱਚ ਨਹੀਂ ਚੱਲਦੇ ਫਿਰ ਇੱਕ ਨਾਸ਼ਵਨ ਰਾਜੇ ਦੀਆਂ ਮੋਹਰਾਂ ਮੇਰੇ ਸਦੀਵੀ ਰਹਿਣ ਵਾਲੇ ਸੱਚੇ ਪਾਤਸ਼ਾਹ ਦੇ ਦਰਬਾਰ ਚ ਕਿੱਥੇ ਚੱਲਣਗੀਆਂ ਉਥੇ ਦੀ ਕਰੰਸੀ ਹੈ ਪ੍ਰੇਮ ਕੰਚਨ ਸਿਓ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਉਥੇ ਤੇ ਆਪਣਾ ਆਪਾ ਪੇਟ ਕਰਨਾ ਪੈਂਦਾ ਹੈ ਆ ਆਰੰਭ ਦਾ ਹੀ ਪਤਾ ਹੈ ਸੰਮਨ ਜੋ ਇਸ ਪ੍ਰੇਮ ਦੀ ਦਮ ਕੇ ਹੁੰਦੀ ਸਾਠ ਰਾਵਣ ਹੁੱਤੇ ਸੁਰੰਕ ਨੇ ਜਿਨ ਸਿਰ ਦੀ ਨੇ ਕਾਟ ਰਾਵਣ ਕੋਈ ਕੰਗਾਲ ਥੋੜੀ ਸੀ ਉਹਦੇ ਕੋਲ ਸੋਨੇ ਦੀ ਲੰਕਾ ਪਰ ਆਪਣੇ ਗੁਰੂ ਨੂੰ ਰਜਾਣ ਵਾਸਤੇ ਸਿਰ ਤੇ ਉਹਨੂੰ ਵੀ ਦੇਣਾ ਪਿਆ ਮਾਇਆ ਦੇ ਨਾਲ ਨਹੀਂ ਪ੍ਰੇਮ ਦੀ ਪੇਟਾ ਚੱਲਣੀ ਉਥੇ ਕਹ ਲਗੇ ਜੋ ਕੰਮ ਮੇਰੀ ਪ੍ਰੇਮ ਦੀ ਪੇਟਾ ਕਹਾਦੀ ਪੰਡ ਨਹੀਂ ਖਰ ਜਾਣਾ ਬਾਦਸ਼ਾ ਤੇਰੇ ਸੋਨੇ ਚਾਂਦੀ ਦੇ ਸਿੱਕਿਆਂ ਨੇ ਕੰਮ ਨਹੀਂ ਕਰਨਾ ਬੇਢੀ ਪ੍ਰੀਤ ਮਜੂਰੀ ਮੰਗੇ ਜੋ ਕੋ ਛਾਂਣ ਛਵਾ ਬੈ ਹੋ ਲੋਗ ਤੁਮ ਸਭੋ ਸੋਤ ਰੈ ਤਾ ਆਪਣੀ ਬੇਢੀ ਆਵੇ ਹੋ ਉਤੇ ਪ੍ਰੇਮ ਦੀ ਪ੍ਰੀਤ ਦੀ ਮਜਦੂਰੀ ਮੰਗਦਾ ਹੈ ਹੋ ਰੁਪਿਆਂ ਦੀ ਨਹੀਂ ਇੰਨੀ ਗੱਲ ਕਹੀਂ ਚੁਰਤ ਨਾਲ ਕਹਾਦੀ ਪੰਡ ਚੁੱਕੀ ਚੁੱਕ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਮੱਥਾ ਟੇਕਿਆ ਸਤਗੁਰੂ ਪਾਤਸ਼ਾਹ ਉੱਠੇ ਬਾਤ ਫੜਿਆ ਗਲਬਕੜੀ ਚ ਲੈਣ ਲੱਗੇ ਸਿੱਖ ਪਿੱਛੇ ਹਟਿਆ ਸਤਿਗੁਰੂ ਬਸਤਰ ਮੈਲੇ ਨੇ ਤੁਹਾਡੇ ਰਿਸ਼ਮੀ ਬਸਤਰ ਖਰਾਬ ਹੋ ਜਾਣਗੇ ਸਤਿਗੁਰੂ ਪਾਤਸ਼ਾਹ ਨੇ ਘੁੱਟ ਕੇ ਗਲਬਕੜੀ ਉੱਚ ਲਿਆ ਉਹ ਨਹੀਂ ਸਿੱਖਾ ਮੇਰਾ ਪਿਤਾ ਮੇਰਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਕੇ ਗਏ ਨੇ ਐਹੋ ਜਿਹਾ ਸਿੱਖ ਮਿਲ ਜੇ ਉਹਦੇ ਚਰਨਾਂ ਦੀ ਧੂੜੀ ਮੱਥੇ ਤੇ ਲਾ ਲਈ ਮੈਂ ਤੇ ਤੈਨੂੰ ਫਿਰ ਗਲੇ ਲਾਣ ਲੱਗਿਆ ਮੇਰੇ ਪਿਤਾ ਜੀ ਇਹ ਗੱਲ ਕਹਿ ਕੇ ਗਏ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾ ਜਾਤ ਨਾ ਪਤਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨ ਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੁਪਰਸੰਨਾ ਇਹੋ ਜੇ ਗੁਰਸਿੱਖ ਦੇ ਚਰਨਾਂ ਦੀ ਧੂੜ ਮੱਥੇ ਲੱਗ ਜਾਏ ਰੱਬ ਵੀ ਖੁਸ਼ ਹੋ ਜਾਂਦਾ ਸਿੱਖਾ ਤੂੰ ਪ੍ਰਵਾਨ ਹੈ ਤੇਰੀ ਭੇਟਾ ਪ੍ਰਵਾਨ ਹੈ ਤੂੰ ਨਿਹਾਲ ਹੈ ਸਤ ਮੁਝ ਜਦੋਂ ਜੀਵਨ ਦੇ ਵਿੱਚ ਰੱਬੀ ਪ੍ਰੇਮ ਗੁਰੂ ਪ੍ਰੇਮ ਪ੍ਰਗਟ ਹੋ ਜਾਏ ਉਹ ਫਿਰ ਦੂਜੀ ਥਾਂ ਜਾਂਦੇ ਹੀ ਕਿਤੇ ਨਹੀਂ ਹੈ ਨਾ ਦੁਨਿਆਵੀ ਤੰਦੋਲ ਤੋਂ ਨੂੰ ਪਰਮਾ ਸਕਦੀ ਹੈ ਨਾ ਦੁਨਿਆਵੀ ਲਾਲਚ ਨੂੰ ਖਰੀਦ ਸਕਦੇ ਨੇ ਨਾਨਕ ਬਿਰਹੀ ਬ੍ਰਹਮ ਕੇ ਆਨ ਰਕਤ ਹੋ ਜਾਏ ਜਿਹੜੇ ਪ੍ਰਭੂ ਦੇ ਵਰਾਗ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਕਿਤੇ ਜਾਂਦੇ ਨਹੀਂ ਉਹ ਪ੍ਰੇਮ ਦੇ ਵਿੱਚ ਕੇਵਲ ਚਰਨਾ ਨੂੰ ਹੀ ਚਿਤਵਦੇ ਨੇ ਜਾ ਕੋ ਪ੍ਰੇਮ ਸਵਾ ਉਹ ਹੈ ਚਰਨ ਚਿਤਵ ਮਨ ਮਾਹੀਂ ਨਾਨਕ ਬਿਰਹੀ ਬ੍ਰਹਮ ਕੇ ਆਨ ਰਕਤ ਹੋ ਜਾਏ ਅਗਲੇ ਤਿੰਨ ਪਦਿਆਂ ਦੀ ਵਿਚਾਰ ਕੱਲ ਦੇ ਦਿਵਾਨ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਰਾ ਜਿਹੜਾ ਝੋਬਲਿਆਂ ਦੀ ਬਾਣੀ ਦਾ ਪ੍ਰਸੰਗ ਹੈ ਇਹ ਪ੍ਰੇਮ ਤੇ ਆਧਾਰਿਤ ਹੈ ਇਹ 11 ਦੇ 11 ਪਦੇ ਰੱਬੀ ਪ੍ਰੇਮ ਦੇ ਨਾਲ ਭਰੇ ਪਏ ਨੇ ਪ੍ਰੇਮ ਕਿਸ ਤਰ੍ਹਾਂ ਰੱਬ ਨਾਲ ਹੋ ਸਕਦਾ ਹੈ ਪ੍ਰੇਮ ਦੀਆਂ ਕੀ ਨਿਸ਼ਾਨੀਆਂ ਨੇ ਇਸ ਸੰਬੰਧੀ ਵਿਚਾਰ ਕੱਲ ਦੇ ਦਿਵਾਨ ਵਿੱਚ ਕਰਾਂਗੇ ਹੋਈਆਂ ਬੇਅੰਤ ਪੁੱਲਾਂ ਗਲਤੀਆਂ ਖਿਮਾ ਕਰਨੀਆਂ ਜੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨ ਖਰਪ ਆਪੇ ਮੇਲੇ ਮਿਲ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ